ਸਾਰਾ ਦਿਨ ਸੁੱਤਾ ਰਹਿੰਦਾ, ਰਾਤ ਨੂੰ ਪੈਣ ਨਹੀਂ ਦਿੰਦਾ, ਵੱਡਾ ਹੋਇਆ ਪਤਾ ਨਹੀਂ ਕੀ ਕੁਛ ਕਰੂਗਾ ਹਜੇ। ਆਹੋ ਜਿਵੇਂ ਇਹਦਾ ਤਾਇਆ ਚਲਾਉਂਦਾ, ਮੈਨੂੰ ਤਾਂ ਐਂ ਡਰ ਹੈਗਾ ਵੀਰ ਜੀ ਕਿਤੇ ਸੋਡੇ ਤੇ ਨਾ ਜਾ ਵੜੇ। ਬਈ ਮੈਂ ਤਾਂ ਬਥੇਰਾ ਸਮਝਾਉਣੀ ਆ, ਤੂੰ ਤਾਂ ਆਪ ਨੀ ਟਿਕਦਾ ਹੈਗਾ। ਮੈਂ ਤਾਂ ਘੱਟ ਬੋਲਦੀ ਆ, ਮੈਨੂੰ ਲੱਗਦਾ ਤੂੰ ਤਾਂ ਵੱਡਾ ਹੀ ਮਖਿਆਲਾ ਖਾਦਾ ਹੋਇਆਗਾ। ਇਹ ਤਾਂ ਤੁਸੀਂ ਦੇਖਣੇ ਛੋ ਦੇਖੀ ਨਹੀਂ ਇਹਨੇ ਕੀ ਖਾਣ ਨੂੰ ਛੇੜ ਕੇ ਬਹਿ ਗਈ। ਤੂੰ ਮੈਂ ਤਾਂ ਤੂੰ ਹੀ ਡੂਮਣਾ ਸਤਾ, ਤੈਨੂੰ ਪੰਗਾ ਹੀ ਲੈ ਲੈ। ਓ ਯਾਰ ਛੱਡ ਭਾਈ, ਮੈਂ ਸਾਨੂੰ ਆਏ ਕਿ ਦੱਸ। ਹਾਂ ਹਾਂ ਦੱਸ ਯਾਰ, ਚਾਹ ਦੀ ਘੁੱਟ ਗਾਲ ਦੋ ਹਣਾ। ਗੱਲ ਨਹੀਂ ਆ, ਗਾਲ ਦੇ ਨਹੀਂ, ਕੋਈ ਨਾ ਬਣਾ ਦਾਂਗੇ। ਨਹੀਂ ਪਹਿਲਾਂ ਹੀ ਬਥੇਰਾ ਬੋਲਦਾ ਇਹ, ਚਾਹ ਪੀ ਕੇ ਜਮੀ ਨਹੀਂ ਖੇੜਾ ਛੱਡਣਾ ਇਹਨੇ। ਪਤਾ ਨਹੀਂ ਇੰਨੀ ਚਾਹ ਕਾਹਦਾ ਪੀਂਦੇ ਨੇ, ਚਾਹ ਪੀ ਪੀ ਕੇ ਪੁੱਠੇ ਤਵੇ ਵਰਗਾ ਹੋਈ ਜਾਂਦਾ ਹੈਗਾ। ਮੈਂ ਤੈਨੂੰ ਇੱਕ ਕਹਾਣੀ ਸੁਣਾਵਾਂ। ਜਿਹੜੀ ਲੈਲਾ ਸੀ, ਲੈਲਾ ਤੇ ਮਜਨੂੰ ਦਾ ਬਹੁਤ ਸੁਭਾਅ। ਅੱਛਾ ਜਿਹੜੀ ਲੈਲਾ ਸੀ ਉਹ ਮੇਰੇ ਅੱਗੇ ਸੀ ਕਾਲੇ ਰੰਗ ਦੀ ਪੁੱਠਾ। ਬੇ ਲੈਲਾ ਸੋਹਣੀ ਸੀ ਨੀ ਸੁਣਾ ਦਾਂ ਦੇ। ਅੱਛਾ ਅੱਛਾ, ਹੁਣ ਤੂੰ ਮੈਨੂੰ ਲੈਲਾ ਮਜਨੂੰ ਸਿਖਾਏਗੀ? ਚਾਹ ਦੀ ਘੁੱਟ ਨਾ ਬਣਾ ਕਰੀ ਲੋ। ਬਸ ਬਾਈ ਆ ਜਾ, ਚਾਹ ਦੀ ਘੁੱਟ ਮੈਥੋਂ ਨਹੀਂ ਬਣਦੀ ਹੈਗੀ, ਜਦੋਂ ਕਦੋਂ ਆ ਜਾਣਾਗਾ ਤੂੰ? ਨਹੀਂ ਤੂੰ ਇਹਦੀ ਮੈਂ ਦੱਸ ਭਾਈ, ਤੂੰ ਇਹਨੂੰ ਤੋੜ ਦੇ। ਚੜਿਆ ਚੜਾ ਇਹ ਆਉਂਦਾਗਾ ਜਦੋਂ ਆਊਗਾ, ਕਦੇ ਠੰਡਾ ਵੀ ਬੋਲ ਲਿਆ। ਗੱਲ ਸੁਣ ਲੈ, ਤੂੰ ਕਿਉਂ ਬੋਲ ਦਿੰਦੇ? ਸੁਣਾ ਦਿੰਦੇ ਕਹਾਣੀ, ਸੁਣਾ ਦੇ ਸੁਣਾ ਦੇ ਫਿਰ ਕਹਾਣੀ ਸੁਣਾਈ ਜਾਂਦਾ ਸੀ। ਬਸ ਇੱਕ ਮੇਰੀ ਬਾਤ ਪੂਰੀ ਹੋ ਗਈ, ਰਾਤ ਤੂੰ ਕਹਾਣੀ ਬਣਾ ਕੇ ਲਿਆ, ਚਾਹ ਬਣਾ ਕੇ ਲਿਆ। ਪੁੱਠਾ ਲੈ ਕਹਾਣੀ ਬਣਾ ਕੇ ਲਿਆ। ਓਏ ਉਹ ਤਾਂ ਮੇਰਾ ਦੰਦ ਜਿਹਾ ਟੁੱਟਿਆ ਹੋਇਆ ਤਾਂ ਕਰਕੇ ਫੂਕ ਜੀ ਨਿਕਲ ਗਈ। ਕੱਲ ਗੰਨੇ ਤੂੰ ਹੀ ਚੂਬਦਾ ਸੀਗਾ ਤਾਂ ਹੀ ਟੁੱਟਿਆ ਤੇਰਾ ਦੰਦ। ਮੇਰਾ ਤਾਂ ਜਿਹੜਾ ਕੁਝ ਟੁੱਟਿਆ ਸੀ, ਤੂੰ ਆਉ ਨਾ ਪੁੱਛ ਮੈਂ ਤੋਂ ਲੈ ਲੈਂਦਾ ਫਿਰ ਬਣਾ ਦਿੰਨੀ ਆ ਚਾਹ। ਬਣਾ ਦਿੰਦੀ ਆ ਨਾਲੇ ਦੰਦੀਆਂ ਫਿਰ ਪਤੰਦਰ ਤਾਂ ਉਹ ਜਦੋਂ ਕਦੋਂ ਜੋੜੇ ਚੱਕ ਲੈਂਦਾ। ਜਾਣੀ ਪਹਿਲੇ ਬਣਾ ਲਿਆ ਚਾਹ ਦੀ ਘੁੱਟ, ਸਮਝਦੀ ਨਹੀਂ ਮਾੜੀ ਮੁੱਟੀ ਭੁੱਲੀ ਗੱਲ ਤਾਂ ਵਗ ਜਾ ਬਈ। ਆਹ ਵਾਹਣ ਕੇ ਸੀ ਭਾਈ ਤੇ ਹੋਰ ਬਈ ਡਰੂਗਾ ਹੀ ਜਦ ਤੂੰ ਤਾਂ ਸੱਤਨ ਚੱਕਣ ਵਾਲੀ ਕਰ ਰੱਖੀ ਹੈਗੀ। ਸੱਤਨ ਦਾ ਮੈਂ ਚੱਕਣ ਵਾਲੀ ਕਰ ਰੱਖੀ ਹੈ, ਜੇ ਤੇ ਇਹਨੂੰ ਮੈਂ ਚੱਕ ਕੇ ਕਿਸੇ ਨੈਸ ਸਿੱਟਿਆ ਨਾ ਉਹਦੇ ਪਤਾ ਲੱਗੂ ਇਹਨੂੰ। ਕਿਹਨੂੰ? ਜਿਹੜੀ ਹੈਗੀ ਹੈ ਮੇਰੇ ਘਰ ਇਸੇ ਨਾਲ ਹੀ ਜੱਗ ਵਸਦਾ ਤੇਰਾ, ਕਿਸੇ ਨੇ ਸਿਆਣਾ ਨਹੀਂ। ਕੀ ਕਹੀ ਜਾਂਦਾ ਤਾਇਆ ਇਹਦਾ? ਉਹ ਤਾਇਆ ਤਾਂ ਇਹ ਕਹਿੰਦਾ ਸੀ ਭਾਈ ਕੰਮ ਜੀ ਮੇਰੀ ਗੱਲ। ਹਾਂ ਆ ਯਾਰ ਲੱਤ ਜੀ ਦਾ ਵਾਲਾ ਔਖਾ ਹੋਇਆ ਪਿਆ। ਓਏ ਕੋਈ ਗੱਲ ਨਹੀਂ, ਜਿੰਨੀ ਕੁ ਰਹਿ ਗਈ ਅਸੀਂ ਕੱਢ ਲਾ ਹੁਣ, ਇਹ ਤਾਂ ਦੱਸ ਕੀ ਕਰਾਂਗੇ। ਹੋਰ ਮੈਂ ਤਾਂ ਮੁੰਡੇ ਦੀ ਗੱਲ ਕਰਦਾ ਸੀ। ਉਹ ਬਾਲਾ ਉੱਚੀ ਨਾ ਬੋਲਿਆ ਕਰ, ਉਹਦੀ ਡਰ ਜਾਂਦਾ ਇਹ। ਉਹ ਤੂੰ ਫਿਕਰ ਕਿਉਂ ਕਰਦਾ ਬਾਈ, ਉਹ ਜਿੰਨਾ ਉੱਚੀ ਮੈਂ ਬੋਲੂ ਇਹ ਪੱਪ ਘਿਆਲ ਬਣੂ ਸ਼ੇਰ ਬਣੂ, ਐ ਫਿੱਟਾ ਕਰੂ ਪਾਲ ਪਾਲ ਯਾਰ ਕਮਾਲ ਕਰਦਾ। ਗੱਲ ਸੁਣੋ ਵੀਰ ਜੀ, ਇਹ ਸੋਡੇ ਤੇ ਨਹੀਂ ਮੈਂ ਭੇਜਣਾ, ਪੜਾਉਣ ਵਾਲੇ ਕਿਉਂ ਨਾ ਮੁੰਡੇ ਤੇ ਭੇਜਦੀ, ਬਾਹਰ ਭੇਜਣਾ ਮੈਂ ਆਪਦੇ ਪੁੱਤ ਨੂੰ। ਓਏ ਅਮਨ ਉਹ ਸ਼ੇਰੂ ਗੱਲ ਸੁਣੋ ਯਾਰ, ਆਪਣੇ ਵੱਡੇ ਦੇ ਇੱਕ ਨਿਆਣਾ ਜਾਂ ਹੋਰ ਖੇਡੀ ਜਾਂਦਾ ਸੀ ਯਾਰ। ਹੋਰ ਜਾਂ ਮਤਾ ਹੋਏ ਮੈਨੂੰ ਤਾਂ ਇਹ ਨਹੀਂ ਪਤਾ, ਪਰ ਉਹ ਖੜਾਈ ਜਾਂਦੇ ਸੀਗੇ, ਮੈਂ ਤਾਂ ਹੁਣੇ ਦੇਖ ਕੇ ਆਇਆ। ਨਿਆਣਾ? ਹਾਂ ਉਹ ਲੈ ਆ ਜਾ ਹੁਣ, ਕੋਈ ਰਿਸ਼ਤੇਦਾਰ ਆਇਆ ਹੁਣ ਹੈ। ਉਧਰ ਬੈਠ ਨਹੀਂ, ਮੜੀ ਗੱਲ ਸੁਣਾ ਬਾਈ, ਕੰਮ ਦੀ ਗੱਲ ਕਰਦਾ। ਕੀ ਗੱਲ ਹੈਗੀ? ਸੁਣ ਲੈ ਬੇ ਕੋ ਗੱਲ ਸੁਣ ਭਾਬੀ। ਸੜ ਗਿਆ ਸੀ ਆਪਾਂ, ਕੀ ਸੜਪਿਆ ਹੁਣ? ਉਹੀ ਕਰੀ ਜਾਂਦੇ ਕੋਈ ਰਿਸ਼ਤੇਦਾਰ ਆ ਰਿਹਾ ਹੁਣ। ਲਟਕਾਈ ਨਾਲ ਸੁਣ ਲਓ, ਇਹ ਤਾਂ ਨਵੀਆਂ ਗੱਲਾਂ ਛੇੜੀ ਜਾਂਦੇ ਰਹਿੰਦੇ ਨੇ, ਹੁਣ ਕੀ ਹੋ ਗਿਆ? ਉੱਪਰ ਜਾ ਇੱਥੇ ਵੱਡਾ ਬਾਈ, ਉਹ ਇੱਕ ਜਵਾਕ ਜੀ ਨੂੰ ਖੜਾਈ ਜਾਂਦੇ ਸੀ, ਮੈਂ ਹੁਣੇ ਦੇਖ ਕੇ ਆਇਆ। ਜਵਾਕ? ਹਾਂ। ਓਹੋ ਸੋਨੀ ਤੂੰ ਨਹੀਂ ਇੰਨਾ ਮਗਰ ਲੱਗ ਜਾਣੀ ਆ, ਕੋਈ ਭੈਣ ਭਾਈ ਆਇਆ ਹੋਣਾ ਉਹਦੇ ਪੇਕਿਆਂ ਪੁੱਕਿਆਂ ਤੋਂ ਆਇਆ ਹੋਣਾ। ਭੈਣ ਭਾਈ ਨਾਲ ਰੈਡੀਮੇਡ ਜਵਾਕ ਲੈ ਕੇ ਆਉਂਦੀ ਨਾ, ਚੀਕਾਂ ਮਰਵਾਈ ਜਾਂਦਾ। ਓਏ ਹੋਰ ਤਾਂ ਮੈਨੂੰ ਕੋਈ ਦਿਖਿਆ ਨਹੀਂ, ਤੇ ਫਿਰ ਹੁਣ ਉਹਨਾਂ ਨੇ ਨਵਾਂ ਜੰਮ ਲਿਆ। ਗੱਲਾਂ ਕਹੇ ਜੀਆਂ ਕਰਦੇ, ਇੱਕ ਮਿੰਟ ਗੱਲ ਸੁਣ,
ਅੱਛਾ ਜੇ ਰਿਸ਼ਤੇਦਾਰ ਨਾ ਆਊਗਾ ਤੇ ਬੱਚਾ ਸੋਟਾ ਰੋਂਦਾ ਨਹੀਂ ਹੈ, ਉਹ ਚੁੱਪ ਰਹੂਗਾ। ਤੈਨੂੰ ਪੱਕੀ ਪਤਾ ਵੀ ਰਿਸ਼ਤੇਦਾਰ ਬੱਚਾ ਲੈ ਕੇ ਆਇਆ? ਕਿਸੇ ਕਮਾਂਡ ਦਾ ਚੱਕ ਕੇ ਲੈ ਆਏ ਹੋਣਗੇ। ਤੈਨੂੰ ਬੱਚੀ ਚੱਕ ਦੇ ਫਿਰਦੇ ਨੇ। ਓਏ ਸੋਡਾ ਜੁੱਧ ਖਤਮ ਹੋਊਗਾ ਕਿ ਨਾ? ਤੁਸੀਂ ਗੱਲ ਤਾਂ ਸੁਣ ਲਿਆ ਕਰੋ ਯਾਰ। ਤੁਸੀਂ ਇਹਨੂੰ ਵੀ ਚੁੱਪ ਕਰਾ ਲਿਆ ਕਰੋ ਜੀ। ਉਦੋਂ ਚਾਹ ਗੱਲ ਲਾ ਯਾਰਾ। ਚੱਲ ਕੋਈ ਨੀ ਭਾਬੀ, ਇਹਦਾ ਮਜ਼ਾਕ ਕਰਨ ਦੀ ਆਦਤ ਆ ਤੈਨੂੰ। ਮੈਂ ਜਾ ਕੇ ਜਾ, ਜੇ ਉਧਰ ਪੈਰ ਵੀ ਪੈ ਗਿਆ ਨਾ ਮੈਂ ਤੁਹਾਡੀਆਂ ਲੱਤਾਂ ਫੜ ਦੂੰ। ਕਿਸੇ ਨੇ ਨੀ ਜਾਣਾ ਉਧਰ। ਬੱਚੇ ਦਾ ਪਤਾ ਵੀ ਤਾਂ ਕਰਨਾ ਨਾ ਵੀ ਕਿਹਦਾ, ਸੁਣਨ ਤਾਂ ਅੱਛ ਵੀ ਲੱਗੀ ਪਈ ਆ। ਬਸ ਆਪਾਂ ਨੂੰ ਨੀ ਪਤਾ ਕਰਨਾ, ਨਾਲੇ ਪੁੱਛੀ ਜਾਂਦੇ ਆ ਨੀ ਕਰਾਵਾਂ ਸਵਾਲ ਜਵਾਬ। ਜਦੋਂ ਤੈਨੂੰ ਕਹਿੰਦਾ ਵੀ ਨਹੀਂ ਜਾਣਾ ਤਾਂ ਨਹੀਂ ਜਾਣਾ। ਵੇ ਆ ਜੋੜਾ ਜਾਂ ਨਾ ਚੱਕਿਆ ਕਰ, ਤੇ ਜੋੜੇ ਨਾਲ ਹੀ ਲੋਟ ਆਉਣੀ ਆ, ਤੂੰ ਚਵਾੜੋ ਬੋਲਿਆ ਜੋੜੇ ਨਾਲ ਹੀ। ਅਮਨ ਲੋਟ ਆਉਣੀ ਆ ਨਾਲੇ, ਫਿਰ ਨਾਲੇ ਕਹੀ ਜਾਂਦੇ ਵੀ ਟੈਸਟ ਕਰਿਆ ਉਹਨਾਂ ਦੇ। ਮਾਰ ਮਾਰ ਕੇ ਕੰਜਾ ਕਰ ਦੂੰ ਸਰ। ਓਏ ਚੰਗਾ ਸ਼ੇਰੂ ਯਾਰ, ਕੌਣ ਟਿਕ ਜੋਗੀ ਬਾਈ? ਤੈਨੂੰ ਸਮਝ ਨਹੀਂ ਆਉਂਦੀ ਉਹ ਕੋਈ ਗੱਲ ਲੋਟ ਨਹੀਂ ਹੁੰਦੀ ਇੰਨੇ ਕਿ ਮਰਾ, ਨਾਲੇ ਇੰਨਾ ਉੱਚੀ ਨਾ ਬੋਲਿਆ ਕਰਾ, ਜਵਾਕ ਦੇ ਸਿਰ 'ਚ ਵੱਜਦਾ। ਓਏ ਆ ਦੇਖ ਆਪਣਾ ਸ਼ੇਰ ਵੱਗਾ। ਉਹ ਬਾ ਓਏ ਸ਼ੇਰ ਵੱਗਿਆ, ਛੇ ਛੇਤੀ ਹੋ ਜਾ ਚੋਬਰ ਹੈਂ। ਇਹ ਕਰਾਊ ਆਪਣੇ ਨਾਲ ਕਮਾਈ। ਤੂੰ ਦੇਖੀ ਸ਼ੇਰੂ, ਜਦੋਂ ਗਲੀ 'ਚ ਨੰਗਿਆ ਕਰੂਗਾ ਨਾ ਇੱਕ ਤਣ ਕੇ, ਆਹ ਸ਼ਰੀਕਾਂ ਦਾ ਤਾਂ ਵਿਹੜੇ ਅੱਗ ਲੱਗ ਜਾ ਕਰੂ। ਪੂਰਾ ਵੱਡਾ ਅਫਸਰ ਬਣਾਉਣਾ ਇਹਨੂੰ ਮੈਂ। ਅਫਸਰ ਕੀ ਗੱਲ ਸੁਣ ਗੱਲਾਂ 'ਚ ਨਾ ਆਇਆ ਕਰ, ਕੋਈ ਗੱਲ ਨੀ ਭਾਬੀ, ਲੋਕਾਂ ਦਾ ਕੰਮ ਹੁੰਦਾ ਲੱਗਣਾ ਹੈ। ਲੋਕਾਂ ਦਾ ਪਤਾ ਹੀ ਨੀ ਹੁੰਦਾ ਇੱਧਰ ਹੈ ਕਿ ਉੱਧਰ ਹੈ, ਤੂੰ ਲੋਕਾਂ ਦੀਆਂ ਨਾ ਸੁਣਿਆ ਕਰ। ਤੂੰ ਹੁਣ ਮੇਰੇ ਪੁੱਤ ਦੀ ਗੱਲ ਸੁਣੀ, ਜਦੋਂ ਕਰਿਆ ਕਰੂਗਾ ਨਾ ਤਾਈ ਤਾਈ। ਓਏ ਤਾਈ ਨੀ, ਓਏ ਚਾਚੀ ਚਾਚੀ। ਤੈਨੂੰ ਛੋਟਾ ਮੈਂ ਕੀ ਹੋ ਗਿਆ? ਉਹ ਯਾਰ ਕਿਉਂ ਕਿੱਧਰ ਗੱਲ ਪਾ ਦਿੰਦੇ ਯਾਰ, ਤੂੰ ਵੱਡਾ ਹੈਗਾ। ਚੱਲ ਮੈਂ ਭੁੱਲ ਜਾਂਦਾ ਕੀ ਪਤਾ ਨਹੀਂ ਯਾਰ, ਨਾਲੇ ਦੇਖ ਲੈ ਨੀ ਜਮੀ ਨੀ ਇਹਨੂੰ। ਮੈਨੂੰ ਤੇਰੀਆਂ ਗੱਲਾਂ ਤੋਂ ਹਾਸੀ ਆਉਂਦੀ ਹੈਗੀ। ਤੜਕੀ ਨਾ ਕੁੱਕੀ ਦਾ ਕੋਲਾ ਘੋਲ ਕੇ ਪੀ ਲੈਂਦਾ ਸਾਰਾ ਦਿਨ, ਦਿਮਾਗ ਖਾਂਦਾ। ਇਹਦੇ ਬਸ ਆਈ ਹੈ, ਜਦੋਂ ਕਾਲੀ ਕਾਲੀ ਬੋਲਦਾ ਭੁੱਲ ਜਾਂਦਾ ਵੀ ਮੈਂ ਛੋਟਾ ਹੈ ਕਿ ਵੱਡਾ। ਨਹੀਂ ਜੀ, ਮੈਂ ਤਾਂ ਹੁਣ ਇਹਤੇ ਪਰਸਾਵਾ ਨਹੀਂ ਪਾਉਂਦੀ ਉਹਦਾ, ਕਿ ਤੋ ਉਸੇ ਤਰ੍ਹਾਂ ਵਗ ਜੇ ਸੌਣ ਲੱਗੇ। ਮੈਨੂੰ ਤਾਂ ਇੰਨੀ ਹਾਸੀ ਆਉਂਦੀ ਹੈ। ਕੋਈ ਗੱਲ ਨਹੀਂ, ਨਾ ਨਾ ਐ ਨਾ ਕਰਿਆ ਕਰ, ਦਿਲ 'ਚ ਨਹੀਂ ਪਾ, ਪਿਆਰ ਤਾਂ ਬਥੇਰਾ ਕਰਦਾ ਸੁਣੀ ਇਹਨੂੰ, ਲਾਡ ਵੀ ਕਰਦਾ ਹੀ ਐ। ਓਹੋ ਕੋਈ ਬੋਲ ਬਗਿਆੜਾ, ਦਿਲ 'ਚ ਨਹੀਂ ਕੁਛ ਹੈਗਾ ਇਹਦੇ। ਗੁੱਸਾ ਨਾ ਕਰੀ ਭੈਣੇ, ਸੌਣ ਲੱਗੇ ਸੱਚ ਉਹ ਤੇ ਨਾ ਜਾਵੜੇ। ਮੈਨੂੰ ਤਾਂ ਹੁਣ ਉਹ ਦਿਨ ਦੀ ਉਮੀਦ ਹੈ। ਤੂੰ ਜਿੰਨਾ ਮਰਜ਼ੀ ਚੱਕ ਲਿਆ ਕਰ। ਚੱਲ ਕੋਈ ਨਾ, ਫਿਰ ਗੁੱਸਾ ਕਰਦਾਗਾ ਤੈਨੂੰ ਪਤਾ, ਮੇਰੇ ਤਾਂ ਉਹਦੀ ਸਿੱਤਰੋ ਸਿੱਤਰੀ ਹੋ ਜਾਂਦਾਗਾ। ਮੈਂ ਜਦੋਂ, ਮੈਨੂੰ ਤਾਂ ਹੁਣ ਉਹ ਦਿਨ ਦੀ ਉਮੀਦ ਹੈ ਜਦੋਂ ਇਹ ਪੂਰਾ ਵੱਡਾ ਅਫਸਰ ਬਣ ਕੇ ਮੇਰੇ ਘਰੇ ਆਊਗਾ। ਹਾਂਜੀ ਹਾਂਜੀ ਸਹੀ ਗੱਲ। ਉੱਠ ਜਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਹਾਲ ਹੈ? ਠੀਕ ਹੈ, ਤੁਸੀਂ ਦੱਸੋ? ਵਧੀਆ ਠੀਕ ਠਾਕ। ਮੇਰਾ ਜੀ ਨਹੀਂ ਲੱਗ ਰਿਹਾ ਸੀ, ਮੈਂ ਹਵੇਂ ਮਿਲ ਕੇ ਆਵਾਂ ਦੀਦੀ। ਚਲੋ ਵਧੀਆ ਕੀਤਾ ਆ ਗਏ ਤੁਸੀਂ ਤਾਂ। ਦੀਦੀ ਆਹ ਇੱਕ ਗੁੜੀਆ ਸਾਡੀ। ਤੁਹਾਡੀ? ਹਾਂਜੀ। ਇਹ ਛੋਟੀ ਗੁੜੀਆ ਤਾਂ ਵੱਡੀ ਸੀ। ਉਹ ਵੀ ਹੈਗੀ ਹੈ, ਇਹ ਉਹਦੀ ਛੋਟੀ ਭੈਣ ਹੈ। ਇਹ ਛੋਟੀ ਭੈਣ? ਮੈਨੂੰ ਨਹੀਂ ਕੁਛ ਵੀ ਸਮਝ ਆ ਰਿਹਾ, ਤੁਸੀਂ ਮੈਨੂੰ ਸਾਫ ਸਾਫ ਦੱਸੋ।
ਚੱਲ ਕੋਈ ਗੱਲ ਨੀ, ਚਿੰਤਾ ਨਾ ਕਰ, ਮੈਂ ਤੈਨੂੰ ਇੰਨੀ ਐਕਸਾਈਟਿਡ ਨਾ ਹੋਈ, ਚੱਲ ਮੈਂ ਤੈਨੂੰ ਸਮਝਾਉਂਦੀ ਹਾਂ। ਇਹ ਇੱਦਾਂ ਹੋਇਆ ਕਿ ਤੇਰੇ ਵੀਰ ਜੀ ਗੁਰਦੁਆਰੇ ਸਾਹਿਬ ਗਏ ਸੀ, ਉੱਥੇ ਇਹਨੂੰ ਕੋਈ ਛੱਡ ਗਿਆ, ਵਿਚਾਰੀ ਬੜੀ ਰੋਂਦੀ ਪਈ ਸੀ, ਤੇ ਤੈਨੂੰ ਪਤਾ ਹੀ ਹੈ ਵੀਰ ਜੀ ਦੇ ਆਪਣੇ ਦਾ, ਉਹ ਹੀ ਨੀ ਚੱਕ ਕੇ ਆਪਣੇ। ਕਿੰਨੀ ਪਿਆਰੀ ਹੈ ਦੇਖੀ, ਇਹੋ ਜਿਹਾ ਕਿਹੜਾ ਮਾਂ ਬਾਪ ਹੈ ਜਿਹੜੇ ਨਿੱਕੇ ਜਿਹੇ ਬੱਚੇ ਨੂੰ ਐ ਪਾ ਕੇ ਵਾਕਿਆ। ਅੱਜ ਕੱਲ ਲੋਕਾਂ ਦਾ ਕੁਛ ਸਮਝ ਨਹੀਂ ਆਉਂਦਾ, ਪਤਾ ਨਹੀਂ ਚੱਲਦੇ। ਜੇ ਤੁਸੀਂ ਬੱਚੇ ਰੱਖਣੇ ਹੀ ਨਹੀਂ, ਕੁੜੀਆਂ ਧੀਆਂ ਰੱਖਣੀਆਂ ਹੀ ਨਹੀਂ ਹੈ, ਤੇ ਤੁਸੀਂ ਕਿਉਂ ਜੰਮਦੇ ਹੋ? ਲੈ ਜਿੰਨਾ ਨੇ ਹੈ ਨਹੀਂ ਉਹਨਾਂ ਨੂੰ ਪੁੱਛ ਕੇ ਦੇਖੋ, ਲੋਕ ਧੀਆਂ ਨੂੰ ਵੀ ਤਰਸਦੇ ਨੇਗੇ। ਆ ਸਭ ਤੋਂ ਵੱਡੇ ਪਾਗਲ ਹੈ ਮੂਰਖ ਜਿਹੜੇ ਕਿ ਗੁਰੂ ਘਰ ਪਾ ਗਏ, ਇਹ ਤੋਂ ਮਸੂਮ ਤੋਂ ਕੀ ਗਲਤੀ ਹੋ ਗਈ? ਇੱਕ ਤੇ ਮੇਰੀ ਕੁਦਰਤ ਨੂੰ ਦੀ ਛੋਟੀ ਭੈਣ ਮਿਲ ਗਈ, ਇੱਕ ਸਾਡਾ ਇੱਕ ਹੋਰ ਖਿਲੋਣਾ ਮਿਲ ਗਿਆ ਸਾਨੂੰ ਖੇਡਣ ਨੂੰ। ਹਾਂ ਦੀਦੀ, ਇਹ ਤਾਂ ਹੈ। ਕੀ ਨਾਮ ਹੈ ਦੀਦੀ? ਇਹਦਾ ਨਾਮ ਹੀਰਾ। ਤੈਨੂੰ ਪਤਾ ਹੈ ਵੀ ਹੀਰ ਵਰਗੀ ਹੈ ਨਾ, ਕਿੰਨੀ ਸੋਹਣੀ ਹੈ, ਬਾਰੀ ਪਿਆਰੀ ਹੈ। ਜੇ ਰੱਬ ਨੇ ਵੀ ਸਾਨੂੰ ਕੋਈ ਗੁੜੀਆ ਦਿੱਤੀ ਹੁੰਦੀ ਨਾ, ਤੇ ਇੰਨੀ ਪਿਆਰੀ ਹੋਣੀ ਸੀ। ਦੀਦੀ ਮੈਨੂੰ ਆਪਣੇ ਘਰ ਲਿਆ ਸਕਦੀ ਹੈ? ਮੈਨੂੰ ਕੋਈ ਪ੍ਰੋਬਲਮ ਨਹੀਂ ਹੈ, ਪਰ ਤੇਰਾ ਘਰ ਵਾਲਾ ਹੋਰ ਹੀ ਨਾ ਕੁੜੀ ਨੂੰ ਹੋਰ ਕੁਛ ਕਰ ਦੇ। ਹਾਂ ਦੀਦੀ, ਇਹ ਤਾਂ ਹੈ। ਕੋਈ ਗੱਲ ਨੀ, ਤੇਰੀ ਵੀ ਧੀ ਆ, ਚਿੰਤਾ ਨਾ ਕਰਿਆ ਕਰ, ਜਦੋਂ ਮਰਜ਼ੀ ਆਇਆ ਕਰ ਇਹਨੂੰ ਦੇਖਣ, ਇਹਨੂੰ ਚਲਾਣ। ਹਾਂ, ਤੁਹਾਨੂੰ ਇਤਰਾਜ਼ ਨੀ ਦੀਦੀ? ਮੈਨੂੰ ਕੋਈ ਇਤਰਾਜ਼ ਨਹੀਂ ਦੀਦੀ, ਮੈਂ ਤਾਂ ਜੀ ਕਰਦਾ ਮੈਨੂੰ ਅੱਜ ਚੁੱਕ ਕੇ ਆਪਣੇ ਘਰ ਲੈ ਜਾ। ਕੋਈ ਗੱਲ ਨੀ, ਤੂੰ ਲੈ ਜੀ, ਜਦੋਂ ਉਹ ਨਾ ਹੋਵੇਗਾ ਘਰ ਅਦੋਂ ਲੈ ਕੇ ਜਾਈ, ਨਹੀਂ ਤੇ ਤੈਨੂੰ ਪਤਾ ਹੀ ਆ ਹੁੰਦਾ। ਹਾਂ ਹਾਂ ਦੀਦੀ, ਇਹਨਾਂ ਨੂੰ ਕੁੜੀਆਂ ਕਿੱਥੇ ਪਸੰਦ ਨੇ? ਦੀਦੀ ਮੈਂ ਚੱਕ ਲਵਾਂ? ਪੁੱਛਣ ਵਾਲੀ ਗੱਲ ਆ, ਚੱਕ, ਤੇਰੀ ਵਿਅਕਤੀ ਹੈ। ਸੱਚੀ? ਹਾਂ ਦੀਦੀ, ਮੈਂ ਪੱਕਾ ਚੱਕ ਲਾਂ। ਚੱਕ ਲਾ, ਚੱਕ ਲਾ। ਆ ਜਾ ਪੁੱਤ, ਮੇਰੇ ਕੋਲ ਵੀ ਆ ਜਾ, ਕਿੰਨੀ ਪਿਆਰੀ ਹੈ। ਨਹੀਂ ਹੈ ਦੇਖ ਕਿਹਦੇ ਵਰਗੀ ਹੈ, ਇਹਨੇ ਆ ਮੋਹਰੀ ਹੈ ਜਿ ਤੱਕ ਤਾਂ ਹਾਂ ਤੇ ਤੈਨੂੰ ਪਤਾ ਹੀ ਨਹੀਂ ਕਿਹਦੇ ਵਰਗੀ ਹੈ। ਮੈਨੂੰ ਇਹ ਲੱਗਦਾ ਦੇਖ ਇਹਦੇ ਨੈਣਾਂ ਚ ਜਿਵੇਂ ਸਾਡੇ ਬੇਟੇ ਤੇ ਨਹੀਂ ਪੈਂਦਾ, ਹਨਾ ਲੱਗਦੀ ਹੈ ਨਾ। ਹਾਂਜੀ ਸਰ, ਮੇਰੀ ਧੀ ਬਣ ਕੇ ਆ ਜਾ ਤੂੰ। ਚਲੋ ਜੋ ਰੱਬ ਨੂੰ ਮਨਜ਼ੂਰ। ਸੁੱਤੀ ਪਈ ਹੈ, ਕਿੰਨੀ ਭੋਲੀ ਜੀ ਹੈ ਦੀਦੀ। ਲੈ ਤੇ ਆ ਵੀ ਨਾ ਗਏ ਹੋਣ, ਮੈਂ ਜਾਵਾਂ। ਜਲਦੀ ਜਲਦੀ ਜਾ, ਹੋਰ ਹੀ ਤੇਰੇ ਖੜਕਾਉਂਦੀ ਉਤਰ ਜੇ। ਹੋਰ ਦੀਦੀ, ਮੇਰੇ ਤਾਂ ਜੀ ਕਰਦਾ ਮੈਨੂੰ ਨਾਲ ਹੀ ਲੈ ਜਾਵਾਂ, ਕੌਣ ਨੂੰ ਤੇ ਜੀ ਨਹੀਂ ਕਰਦਾ। ਤੂੰ ਆ ਜਾ ਕਰ ਜਿੱਦਾਂ। ਹਾਂ ਦੀਦੀ, ਜਦੇ ਉਹਦਾ ਭਰਾ ਹੋਇਆ ਕਰਦੀ ਨਾ, ਮੈਂ ਉਦੋਂ ਆਇਆ ਕਰ। ਮਾੜਾ ਮੈਨੂੰ ਨਾ ਕੰਦੋਲੀ ਤੋਂ ਦੇਦਾ, ਮੂੰਹ ਦਿਖਾ ਦੇ ਮੈਨੂੰ। ਹੀ ਹੀ, ਇਹ ਚਾਚੀ ਨੇ ਪੁੱਤ, ਚਾਚੀ ਨੇ ਦੇਖੋ। ਓਏ ਓਏ, ਦੇਖ ਕਿਵੇਂ ਕਰਦੀ ਹੈ ਮੂੰਹ ਨੂੰ। ਇੱਕ ਵਾਰ ਮੱਥਾ ਹੋਰ ਚੁੰਮ ਲਾ, ਭੁੱਖ ਲੱਗ ਗਈ ਹੈ ਨਾ ਇਹਨਾਂ ਨੂੰ। ਚਲੋ ਇੱਥੇ ਪਾ ਦਾ। ਕਹਿ ਜਾ ਪੁੱਤ। ਚੱਲ ਠੀਕ ਹੈ ਦੀਦੀ, ਮੈਂ ਜਾਂਦੀ ਹਾਂ। ਤੈਨੂੰ ਪਤਾ ਨਾ ਉਹਨਾਂ ਦੇ ਸੁਭਾਅ ਦਾ, ਉਹ ਵੱਡਾ ਤਾਂ ਨਾ ਉਹੀ ਬੋਲੀ ਜਾਂਦਾ, ਨਾਲ ਇਹਨਾਂ ਨੂੰ ਵੀ ਲਾਲਾ ਦੇਣਗੇ। ਆਪ ਤਾਂ ਹੈਗਾ ਰੁੱਖੇ ਸੁਭਾਅ ਦਾ, ਇਹਨਾਂ ਨੂੰ ਵੀ ਆਪਦੇ ਮੰਮੂ ਕਰ ਰੱਖਿਆ ਗਾ। ਲੱਗਦਾ ਇਹਦਾ ਦਿਲ ਵੀ ਨਹੀਂ ਕਰਦਾ ਤੈਨੂੰ ਛੱਡ ਕੇ। ਅਮਨ, ਤੂੰ ਉਧਰ ਵੱਡੇ ਬਾਈ ਕੇ ਗਈ ਸੀ ਤੇ ਕੀ ਬਣਿਆ ਸੱਚ ਉਹ ਬੱਚਾ? ਕਿਹਦਾ ਗਾ? ਕੀ ਬਣਨਾ, ਤੈਨੂੰ ਪਤਾ ਨਾ ਵੱਡਾ ਵੀਰ ਜੀ ਗੁਰੂ ਘਰ ਜਾਂਦਾ ਹੁੰਦਾ, ਤੇ ਉਹ ਗੁਰੂ ਘਰ ਦੇ ਗੇਟ ਅੱਗੇ ਪਈ ਸੀ। ਉਹ ਗੁਰੂ ਘਰ ਚੋਂ ਮੱਥਾ ਟੇਕ ਕੇ ਜਦੋਂ ਬਾਹਰ ਆਉਣ ਲੱਗਿਆ ਤੇ ਉਹ ਗੁੜੀਆ ਕਹਿੰਦੇ ਰੋਈ ਜਾਂਦੀ ਸੀ। ਤੈਨੂੰ ਪਤਾ ਆਪਣਾ ਵੀਰ ਜੀ ਕਿੰਨੇ ਭੋਲੇ ਨੇ ਹਨਾ, ਤੇ ਉਹ ਉੱਥੋਂ ਗੁੜੀਆ ਨੂੰ ਚੱਕ ਲਿਆ। ਹਾਂ ਅਮਨ,
ਚੱਲ ਹੁਣ ਤਾਂ ਵਧੀਆ ਹੋ ਗਿਆ, ਚੱਕ ਕੇ ਲਿਆਏ, ਕੀ ਪਤਾ ਕੌਣ ਕੋਈ ਪਾਪੀ ਧਰ ਗਿਆ ਉੱਥੇ। ਹਾਂ ਤੇ ਨਾਲੇ ਸੱਚ ਦੀਦੀ ਐਂ ਕਹਿੰਦੀ ਸੀਗੀ ਵੀ ਅਸੀਂ ਤਾਂ ਨਾ ਉਹ ਗੋਦ ਲੈਤੀ ਹੈਗੀ। ਗੋਦ ਲੈਤੀ ਆ? ਹਾਂ ਫਿਰ ਉਹਨਾਂ ਨੇ ਤਾਂ ਹੀ ਕਹਿਣਾ ਗਾ, ਹੁਣ ਉਹ ਥੋੜੀ ਦੱਸਣਗੀਆਂ, ਹੁਣ ਤਾਂ ਵੱਡਾ ਬਾਈ ਨਾ ਬਹੁਤ ਵਧੀਆ ਗਾ, ਚੱਲ ਵਧੀਆ ਹੁਣ ਦੋ ਹੋ ਜਾਣਗੀਆਂ ਭੈਣਾਂ ਭੈਣਾਂ ਉਹਦਾ, ਨਾਲੇ ਉਹ ਤਾਂ ਧੀ ਨੂੰ ਧੀ ਸਮਝਦੇ ਪੁੱਤਾਂ ਵਾਂਗੂ ਰੱਖਦੇ ਨੇ ਤਾਂ। ਹਾਂ ਬਹੁਤ ਸੋਹਣੀ ਬਣਾ ਰੱਖੀ ਸੀ, ਮਾਤ ਮਾਰ ਕੇ ਵਰਤੈਨ ਜੀ ਕਰਦਾ ਸੀ ਮੱਥਾ ਚੁੰਮਣਾ। ਦੀਦੀ ਤੈਨੂੰ ਇੱਕ ਗੱਲ ਦੱਸਾਂ, ਗੁੜੀਆ ਸੋਹਣੀ ਬਹੁਤ ਹੈ, ਗੋਦ ਲੈ ਕੇ ਤਾਂ ਉਹਨੇ ਬਾਹਲਾ ਵਧੀਆ ਕੀਤਾ। ਇੰਨੀ ਸੋਹਣੀ ਕੁੜੀ ਹੋਰ? ਅੱਛਾ ਗਈ ਸੀ ਮੇਰੇ ਮਗਰੋਂ ਹੈ, ਫਿਰ ਤੈਨੂੰ ਕਿੰਨੇ ਵਾਰੀ ਸਮਝਾਇਆ ਵੀ ਉਧਰ ਜਾਣਾ ਨੀ। ਮੈਂ ਤਾਂ ਗੁੱਡੂ ਟਿਕ ਜਾ ਭਾਬੀ, ਗੁੜੀਆ ਦਾ ਨਾ ਪਤਾ ਕਰਨ ਗਈ ਸੀ। ਕੀ ਸੁਭਾਅ ਗੁੜੀਆ ਦਾ ਪਤਾ ਕਰਨ ਗਈ ਸੀ, ਤੈਨੂੰ ਕੀ ਲੋੜ ਸੀਗੀ ਕੋਈ ਤੁਰੇ ਫਿਰਦੇ ਮੂੰਹ ਚੱਕ ਕੇ। ਚੱਲ ਕੋਈ ਨਾ ਫੇਰ ਕੀ ਹੋ ਗਿਆ, ਤੁਸੀਂ ਆਪ ਹੀ ਕਹੀ ਜਾਂਦੇ ਸੀ ਤਾਂ ਕਰਕੇ ਪਤਾ ਲੈਣ ਵਾਸਤੇ ਵੀ ਦੇਖੋ ਕੀ ਗਿਆ ਬਾਪੂ। ਉਹ ਜਿਹਦਾ ਮਰਜ਼ੀ ਹੋਵੇ ਆਪਾਂ ਨੂੰ ਕੀ, ਉਹ ਕੀ ਹੋ ਗਿਆ ਕਦੋਂ ਰੌਲਾ ਪਾਈ ਜਾਂਦੇ ਹੋ? ਕੁਛ ਨਹੀਂ ਹੋਇਆ ਨਾ, ਰੌਲਾ ਕਾਹਤੋਂ ਪਾਇਆ ਫਿਰ ਜਦੋਂ ਕੁਝ ਹੋਈ ਹੀ ਨਹੀਂ। ਇੱਕ ਮਿੰਟ ਬਾਈ, ਚੱਲ ਜੇ ਹੁਣ ਜਾ ਹੀ ਆਈ ਕੀ ਪਤਾ ਲੱਗਿਆ ਤੈਨੂੰ ਕਿਹਦਾ ਜਵਾਕ ਆ ਉਹ? ਲੈ ਕਿਹਦਾ ਹੋਣਾ ਸੀ, ਉਹ ਤਾਂ ਵੀਰ ਜੀ ਨੇ ਗੋਦ ਲੈਤੀ ਹੈਗੀ ਗੁੜੀਆ। ਗੋਦ ਲੈ ਲਈ? ਹਾਂਜੀ ਵੀਰ ਜੀ। ਓਏ ਯਾਰ ਉਹਦਾ ਵੀ ਦਿਮਾਗ ਦਾ ਯਾਰ ਪਤਾ ਹੀ ਨਹੀਂ ਲੱਗਦਾ ਯਾਰ, ਇੱਕ ਹੈਗੀ ਨਾ ਹੈਗੀ ਸੀ ਕੁੜੀ ਉਹਦੀ, ਹੋਰ ਦੇਖ ਲੈ। ਲੈ ਤੇ ਫਿਰ ਕੀ ਹੋ ਗਿਆ, ਗੋਦ ਲੈ ਲਈ ਉਹਨਾਂ ਨੇ, ਐਡੀ ਕਿੱਡੀ ਕੀ ਗੱਲ ਹੋ ਗਈ, ਤੁਸੀਂ ਕੋ ਕਿਸਦੇ ਹੋ ਫਿਰ? ਨਹੀਂ ਫਿਰ ਆਪਾਂ ਨੂੰ ਕੀ ਆ, ਉਹਨਾਂ ਨੇ ਪਾਲਣੀ ਆ, ਤੁਸੀਂ ਕੋ ਟੈਨਸ਼ਨ ਲਈ ਆ? ਉਹ ਸਾਨੂੰ ਕਾਹਦੀ ਟੈਨਸ਼ਨ ਹੋਣੀ ਆ, ਅਸੀਂ ਤਾਂ ਐ ਕਹਿੰਦੇ ਸੀ ਇੱਕ ਪਹਿਲਾਂ ਹੈਗੀ ਸੀ ਹੁਣ ਇੱਕ ਹੋਰ ਬੀਜ ਲਿਆ ਵੱਡਾ ਆਇਆ ਧੀਆਂ ਵਾਲਾ। ਲੈ ਫਿਰ ਕੀ ਹੋ ਗਿਆ ਵੀਰ ਜੀ, ਉਹ ਧੀਆਂ ਨੂੰ ਸਮਝਦੇ ਨੇ ਤਾਂ ਕਰਕੇ ਗੋਦ ਲੈ ਲਈ ਹੋਊਗੀ ਉਹਨਾਂ ਨੇ, ਹੋਰ ਕੀ। ਆ ਤੇਰਾ ਕਹਿਣ ਦਾ ਕੀ ਮਤਲਬ ਨੇ? ਨਾ ਮੈਂ ਤੈਨੂੰ ਕੀ ਕਹਿਣੀ ਆ, ਤੂੰ ਮੈਨੂੰ ਕਹੇਂਗੀ ਵੀ ਕੀ ਕਹੇਂਗੀ ਕਿਵੇਂ, ਤਾਂ ਤੂੰ ਕੀ ਕੀ ਕਹੇਂਗੀ ਮੈਨੂੰ? ਹੈ ਹੈ ਕੀ ਦੇਖ ਲਾ, ਦੇਖ ਲੈ ਕਹਿ ਕੇ ਸਾਨੂੰ ਤਾਂ ਨਾ ਪੈਰ ਦੀ ਜੁੱਤੀ ਸਮਝ ਰੱਖਿਆ ਗਾ, ਖੜੀ ਹੈਗੀ 6 ਫੁੱਟ ਦੀ, ਕੀ ਹੋ ਗਿਆ ਜੀ ਅਸੀਂ ਲੜਦੇ ਆ? ਤਾਂ ਤਾਂ ਬਾਲੀ ਕਦਰ ਕਰਦੇ ਆ, ਕਦਰ ਕਰਦੇ ਆ, ਕਦਰ ਕਰਦੇ ਆ, ਮਰੀ ਜਾਣੀ ਹੁਣ ਨਾ ਤੁਸੀਂ ਬਾਲੀ ਮੂਹਰੇ ਨਾ ਬੋਲੋ ਸਾਡੇ, ਨਾਲੇ ਸਾਡਾ ਪਤਾ ਚੱਲ ਚੱਲ ਤੁਸੀਂ ਆਪਦਾ ਕੰਮ ਕਰ ਲੋ, ਜਾ ਭੱਜੋ। ਸਾਰਾ ਦਿਨ ਨਾ ਭੈਣ ਇਹਨਾਂ ਦੀਆਂ ਚੁਗਲੀਆਂ ਨੀ ਮੁੱਕਦੀਆਂ। ਚੁਗਲੀਆਂ ਤਾਂ ਨਹੀਂ ਮੁੱਕਦੀਆਂ, ਤੂੰ ਮੇਮਣਾ ਬਣਿਆ ਰਿਹਾ ਕਰ ਮੇਮਣਾ, ਆ ਮੇਰੇ ਵਾਲੀ ਦੇਖ ਲੈ ਜਦੋਂ ਮੜਾ ਦਬਕਾ ਮਾਰ ਦਮਾ ਹੈ। ਹਾਂ ਬੜੇ ਦਬਕਾ ਰੱਖਿਆ ਹੋਇਆ ਤੇ ਮੈਨੂੰ ਪਤਾ ਹੀ ਨਹੀਂ ਤੇ ਵੀ ਰੱਖਾ ਹੋਏ। ਹਾਂ ਓਏ ਉਹ ਤਾਂ ਸਾਡਾ, ਉਹ ਮੈਨੂੰ ਆਪਣੇ ਵਾਲੇ ਵੱਡੇ ਤੇ ਹੱਸੀ ਆਉਂਦੀ ਹੈ। ਹੋਰ ਲੈ ਦੱਸ, ਉਹ ਪਹਿਲਾਂ ਹੈਗੀ ਸੀ ਤੀ ਇੱਕ ਹੋਰ ਚੱਕ ਲਿਆ, ਓਏ ਖਰਚੇ ਪਤਾ ਧੀਆਂ ਦੇ ਕਿੰਨੇ ਨੇ, ਜਦੋਂ ਵਿਆਹੁੰਦਾ ਨਾ ਬੰਦਾ ਉਦੋਂ ਬੂਥ ਲੱਗ ਜਾਂਦੀ ਹੈ। ਓਏ ਬੂਥ ਤਾਂ ਲੱਗ ਜਾਂਦੀ ਹੈ, ਪਹਿਲਾਂ ਤਾਂ ਇੱਕ ਧੀ ਸੀ ਵੀ ਚੱਲ ਠੀਕ ਹੈ, ਉਹਦੇ ਕੋਲ ਜਿਹੜੀ ਹੈਗੀ ਸੀ ਜ਼ਮੀਨ ਘਰ ਜਮਾਈ ਰੱਖ ਲੈਂਦਾ, ਉਹ ਮੈਨੂੰ ਤਾਂ ਲੱਗਦਾ 2 ਰੱਖੂਗਾ। ਓਏ ਹੋਰ ਕੀ ਹੈ, ਉਹ ਜੇ ਆਪਣੇ ਵਾਲੀ ਚੁੱਪ ਕਰ ਜਾ, ਇਹ ਰਾਜ ਰਾਜ ਹੀ ਰਹਿਣ ਦੇ ਬਾਈ, ਮੈਂ ਤਾਂ ਸੱਚੀ ਗੱਲ ਨਿਕਲ ਗਈ ਸੀ ਮੂੰਹ ਚੋਂ। ਬਾਈ ਤੂੰ ਮੁੜ ਕੇ ਨਾ ਕੱਢੀ, ਆਪਣੇ ਦੋਨਾਂ 'ਚ ਗੱਲ ਹੈ, ਇਹ ਇਸ ਰਾਜ ਨੂੰ ਤਾਂ ਰਾਜ ਹੀ ਰਹਿਣ ਦੇ। ਭੰਨ ਤਾਂ ਸੀ ਭੰਡਾ ਉਹ, ਮੈਂ ਤਾਂ ਹੋਰ ਕੀ ਨਾ, ਜੇ ਕੰਨੀ ਇਹਨਾਂ ਦੀ ਪੈ ਗਈ ਨਾ, ਇਹਨਾਂ ਨੇ ਤੈਨੂੰ ਪਤਾ ਨਹੀਂ ਖੈਰੂ ਪਾ ਦੇਣਾ। ਖੈਰੂ ਤਾਂ ਪਾ ਦੇਣਾ ਗਾ, ਹੁਣ ਉਹਨੇ ਕੁੜੀ ਲਿਆਂਦੀ ਕਿੱਥੋਂ ਆ? ਉਹ ਚੱਲ ਆਪਾਂ ਨੂੰ ਕੀ ਆ ਯਾਰ, ਆਪੇ ਪੜ ਲੂਗਾ, ਬਾਹਲਾ ਵੱਡਾ ਦਿਆਲੂ ਆ ਨਾ ਉਹ।
ਪਾਲ ਕੇ ਦਿਖਾਵੇ ਦੋ ਧੀਆਂ, ਫਿਰ ਜਦੋਂ ਧੀਆਂ ਮਟਿਆਰਾਂ ਹੋ ਗਈਆਂ ਨਾ ਫਿਰ ਦੇਖੀ ਉਹਦੇ ਗਲ ਗੁੱਠਾ ਹੁੰਦਾ। ਉਹ ਚੱਲ ਉਹ ਤਾਂ ਗੱਲ ਠੀਕ ਹੈ, ਆਪੀ ਪਾਲੀ ਜਾਓ। ਹੋਰ ਉਹ ਇੱਕ ਪੰਜ ਹੋਰ ਖੜਾ ਹੋ ਗਿਆ। ਕੀ ਹੋ ਗਿਆ? ਆ ਦਾਈ ਨੂੰ, ਦਾਈ ਨੂੰ ਉਹ ਦਾਈ ਦੱਸਣਾ ਦੇਵੇ ਕਿਸੇ ਨੂੰ। ਓਏ ਖੜ ਜਾ, ਓਏ ਦਾਈ ਤਾਂ ਕਹਿੰਦੀ ਸੀ ਪਰ ਮੈਂ ਉਹਨੂੰ ਘਰੇ ਜਾ ਕੇ ਪੈਸੇ ਦੇ ਕੇ ਆਇਆ। ਅੱਛਾ, ਉਹਦਾ ਮੈਂ ਮੂੰਹ ਚੰਗੀ ਤਰ੍ਹਾਂ ਬੰਨ ਕੇ ਆਇਆ। ਮਹਾਂ ਦੇਖ ਲਾ ਤਾਈ, ਇਹ ਮੂੰਹ ਖੋਲ੍ਹਣਾ ਨਹੀਂ ਚਾਹੀਦਾ, ਪੈਸੇ ਜਿੰਨੇ ਮਰਜ਼ੀ ਲੈ ਲਾ। ਉਹ ਪੈਸੇ ਤਾਂ ਲੈ ਲਾ, ਨਹੀਂ ਐਂ ਕਰਦੇ ਹਾਂ ਭਾਈ, ਉਹਨੂੰ ਵੀ ਵਿਚਾਰੀ ਉਮਰ ਪੂਰੀ ਕਰੀ ਬੈਠੀ ਹੈ। ਜਦੋਂ ਨੂੰ ਇਸ ਰਾਜ ਦਾ ਪਤਾ ਲੱਗੂਗਾ ਨਾ ਉਹ ਤਾਂ ਟੱਪ ਜੂ, ਉਹ ਆਪਾਂ ਨੂੰ ਕੀ ਆਈ ਆ। ਗੱਲ ਤਾਂ ਤੇਰੀ ਠੀਕ ਹੈ ਪਰ ਮੈਂ ਤੈਨੂੰ ਇੱਕ ਵਾਰੀ ਫਿਰ ਕਹਿਣਾ, ਜੇ ਤਾਈ ਨਹੀਂ ਮੰਨਦੀ ਨਾ ਇੱਕ ਵਾਰੀ। ਨਾ ਕੋਈ ਨਾ, ਜੇ ਨਾ ਮੰਨੀ ਨਾ ਹੈਗਾ ਮੇਰੇ ਕੋਲ ਦੂਜਾ ਤਰੀਕਾ। ਓਏ ਕਰਮਜੀਤ, ਓਏ ਆਹ ਗੱਲ ਤਾਂ ਤੂੰ ਜਮਾ 2,25,000 ਰੁਪਏ ਦੀ ਕਰੀ ਹੈ। ਓ ਸ਼ੁਕਰ ਹੈ ਤੂੰ ਵੀ ਹੱਸਿਆ, ਨਹੀਂ ਲਾ ਕੇ ਜੁੱਤੀ ਜੀ ਐਂ ਕਰਦਾ ਰਹਿਣਾ। ਓਏ ਯਾਰ ਜੁੱਤੀ, ਉਹ ਜੁੱਤੀ ਤਾਂ ਮੈਂ ਐਂ ਲਾਉਣਾ, ਮਤਲਬ ਮੇਰਾ ਕਹਿਣ ਦਾ ਸੁਣ ਲਾ ਤੂੰ। ਹਾਂ ਫਿਰ ਮੈਨੂੰ ਹੱਕ ਹੋ ਰਿਹਾ, ਜੇ ਮੇਰੇ ਸਾਹਮਣੇ ਹੋਵੇ ਨਾ ਮਾਰ ਮਾਰ ਉਹਦਾ ਗੰਜਾ ਕਰਦਾ ਫਿਰ, ਉਹਦੀ ਤਾਂ ਗੱਲ ਛੇੜੀ ਨਾ ਕਰ ਜਾ। ਉਹ ਸ਼ੇਰੂ ਮਾੜਾ ਮੋਟਾ ਪਿਆਰ ਨਾਲ ਵੀ ਗੱਲ ਕਰ ਲਿਆ ਕਰ। ਪਿਆਰ ਨੂੰ ਹੁਣ ਤੇਰੀਆਂ ਬੁੱਗੀਆਂ ਲੈ ਲਾ ਮੈਂ। ਉਹ ਮੇਰੀਆਂ ਨਹੀਂ ਕੰਜਰਾ ਭਰਜਾਈ ਦੀਆਂ ਕਹਿੰਦਾ ਮੈਂ, ਮੇਰੀਆਂ ਲੈਂਗਾ ਹੁਣ ਬੁੱਗੀਆਂ। ਉਹ ਤੇਰੀਆਂ ਵੀ ਬਥੇਰੀਆਂ ਲੈਤੀਆਂ ਛੋਟੇ ਹੁੰਦੇ ਦੀਆਂ। ਉਹ ਚੱਲ ਕੋਈ ਨਹੀਂ, ਵੱਡਾ ਭਾਈ ਹੈ ਜੇ ਮਰਜ਼ੀ ਕਹਿ ਲਾ। ਚੱਲ ਆ ਜਾ ਇੱਥੇ, ਤਾਂ ਨਹੀਂ ਉਹਦੇ ਨਾਲ ਫਿਰ ਜੁੱਧ ਲਾ ਲੇਗਾ ਆਪਾਂ, ਮਾੜਾ ਮੋਟਾ ਬਾਹਣ ਦੇਖ ਆਈਏ। ਅੱਛਾ ਹਾਂ, ਚੱਲ ਗਏ ਫਿਰ ਤੇ ਜਾਣਾ ਹੀ ਪਊਗਾ। ਚੱਲ ਹੋਏ ਇਹ ਕੀ ਹੋਏ ਜਮੀ, ਤੂੰ ਤਾਂ ਉਹ ਜਮੀ ਕਾਨੂੰ ਖੂਨ ਜਕੜ ਰਿਹਾ ਗਿਆ। ਚੱਲ ਆ ਜਾ। ਚੱਲ ਕੋਈ ਨੀ ਕੋਈ ਨੀ, ਚੱਲ ਚੱਲ ਤੂੰ ਆ ਗਿਆ ਮੈਂ। ਉਹ ਕੋਈ ਗੱਲ ਨੀ, ਆਪਣੇ ਚੋਬਰ ਨੂੰ ਹੁਣ ਦੇ ਜਵਾਨ ਆ ਤੇਰੀ ਨਾ ਅਮਰੀਕਾ ਵੀ ਤੜਵਾ ਦੇਗਾ। ਓਏ ਨਹੀਂ ਓਏ ਬਹੁਤ ਗਰਮੀ ਆ ਬਾਹਰ। ਕੀ ਗੱਲ ਹੀਰ, ਅੱਜ ਲੇਟ ਹੋ ਗਈ ਇੰਨੀ? ਹੋ ਬਸ ਸਾਰਾ ਕੁਝ ਕਲੀਅਰ ਕਰਵਾ ਰਹੀ ਸੀ ਨਾ, ਅੱਜ ਵੀਜ਼ਾ ਆ ਗਿਆ, ਵੈਸੇ ਮੇਰਾ ਬਹੁਤ ਖੁਸ਼ ਆ ਮੈਂ। ਭਾਈਆ ਹੋ ਗਿਆ, ਚਲੋ ਸ਼ੁਕਰ ਹੈ। ਕੰਗ੍ਰੈਚੁਲੇਸ਼ਨ। ਥੈਂਕ ਯੂ ਦੀਦੀ। ਕੈਸੀ ਸੱਚੀ, ਮੈਂ ਨਾ ਬਹੁਤ ਖੁਸ਼ ਆਂਗੀ, ਹੁਣ ਛੇਤੀ ਬਾਹਰ ਚਲ ਜਾਣਾ, ਮੈਂ ਬਹੁਤ ਖੁਸ਼ ਆਂਗੀ। ਚੰਗੀ ਗੱਲ ਆ, ਤੇਰੀ ਖੁਸ਼ੀ ਨਾਲ ਹੀ ਸਾਡੀ ਖੁਸ਼ੀ ਹੈ ਪੁੱਤਾ। ਕਹਿੰਦੇ ਹੁੰਦੇ ਆ ਜਿਹੜੀਆਂ ਧੀਆਂ ਹੁੰਦੀਆਂ ਉਹੀ ਕਹਿੰਦੇ ਨੇ ਮਾਪਿਆਂ ਨੂੰ ਖੁਸ਼ੀ ਦਿੰਦੀਆਂ ਤੇ ਉਹੀ ਸਾਰਾ ਕੁਝ ਕਰਦੀਆਂ। ਸਾਨੂੰ ਤਾਂ ਛੋਟੇ ਤੇ ਹੀ ਮਾਣ ਆਗਾ। ਬਸ ਡੈਡੀ ਹੁਣ ਤੁਸੀਂ ਛੇਤੀ ਪੈਸਿਆਂ ਦਾ ਇੰਤਜ਼ਾਮ ਕਰ ਲਓ, ਮੈਂ ਹੁਣ ਹੋਰ ਟਾਈਮ ਨਹੀਂ ਇੱਥੇ ਵੇਸਟ ਕਰਨਾ, ਚੱਲ ਜਾਣਾ। ਕੋਈ ਗੱਲ ਨਹੀਂ ਪੁੱਤਾ, ਸਾਰਾ ਕੁਝ ਪਰਮਾਤਮਾ ਨੇ ਕਰਨਾ, ਸਾਰਾ ਕੁਝ ਹੋ ਜੂਗਾ। ਤੂੰ ਚਿੰਤਾ ਨਾ ਕਰ, ਲੋਟ ਹੋ ਕੇ ਬਹਿ ਜਾ ਨਾ ਪੁੱਤਾ, ਤੂੰ ਇੱਥੇ ਹੋ ਜਾ ਮਾੜਾ ਜਾ। ਕੋਈ ਗੱਲ ਨਹੀਂ, ਵੈਸੇ ਨਾ ਦੱਸੀ ਜਾਂਦੇ ਸੀ ਸਰ ਵੀ 20-22 ਲੱਖ ਲੱਗਦੇ ਆਗੇ। ਕੋਈ ਗੱਲ ਨਹੀਂ ਪੁੱਤਾ, 20 ਲੱਗੇ 22 ਲੱਗੇ 25 ਲੱਗੇ, ਜੇ ਤੂੰ ਆਪਦਾ ਕੰਮ ਪੂਰਾ ਕਰਤਾ ਉਹ ਸਾਡਾ ਕੰਮ ਰਹਿ ਗਿਆ, ਉਹ ਅਸੀਂ ਆਪੇ ਕਰ ਲਾਂਗੇ ਜਗਾੜ, ਠੀਕ ਹੈ?
ਠੀਕ ਆ ਹਾਂ ਅੱਛਾ ਤੂੰ ਪਹਿਲੇ ਜਾਣ ਦੀ ਤਿਆਰੀ ਕਰ ਲੈ ਮੈਂ ਨਾ ਕੱਲ ਨੂੰ ਹੀ ਜਾ ਕੇ ਸ਼ਾਪਿੰਗ ਵੀ ਕਰਾਂਗੀ ਚਲੋਗੇ ਨਾ ਦੀਦੀ ਤੁਸੀਂ ਮੇਰੇ ਨਾਲ ਲੈ ਕੋਈ ਗੱਲ ਨਹੀਂ ਹੀਰ ਇਹ ਵੀ ਕਿਤੇ ਕਹਿਣ ਵਾਲੀ ਗੱਲ ਆ ਮੈਂ ਜਾਊਂਗੀ ਤੇਰੇ ਨਾਲ ਫਿਰ ਕਿਹੜਾ ਤੂੰ ਕਿਹੜਾ ਬਾਰ ਬਾਰ ਇੱਥੇ ਆਉਣਾ ਹੈ ਨਾਲੇ ਤੂੰ ਪੈਸੇ ਦੀ ਕੋਈ ਪਰਵਾਹ ਨਾ ਕਰੀ ਤੇਰੀ ਭੈਣ ਬੈਠੀ ਆ ਹਲੇ ਤੇਰੇ ਨਾਲ ਠੀਕ ਹੈ ਦੀਦੀ ਇਹ ਤਾਂ ਸੱਚੀ ਬਹੁਤ ਵਧੀਆ ਗੱਲ ਹੈ ਜੀ ਤੁਸੀਂ ਮੇਰੇ ਨਾਲ ਜਾਓਗੇ ਛੋਟੀ ਖੁਸ਼ੀ ਤੇ ਸਾਡੀ ਖੁਸ਼ੀ ਹੈ ਜਦੋਂ ਤੁਸੀਂ ਹੱਸਦੇ ਆ ਨਾ ਇਹ ਗੱਲ ਆ ਮੇਰੇ ਮਨ ਨੂੰ ਨਾ ਸਕੂਨ ਦੇ ਮਿਲ ਪੈਂਦਾ ਮੈਂ ਬਾਕੀ ਕਹਿ ਦੇਣਾ ਤੁਸੀਂ ਮੇਰੇ ਧੀਆਂ ਨੀ ਤੁਸੀਂ ਤਾਂ ਮੇਰੇ ਪੁੱਤ ਇੱਕ ਤਰ੍ਹਾਂ ਦਾ ਚਲੋ ਤੁਸੀਂ ਇਦਾਂ ਕਰਿਓ ਕੱਲ ਸਵੇਰ ਸਵੇਰੇ ਉਹਨੂੰ ਪੈਸੇ ਕਢਵਾ ਕੇ ਦੇ ਦਿਓ ਏਟੀਐਮ ਤੋਂ ਕੋਈ ਗੱਲ ਨਹੀਂ ਇਹ ਸਵੇਰ ਤੜਕੇ ਤੜਕੇ ਚੱਲ ਜਾਣੀ ਹੈ 10 ਵਜੇ ਨਾ ਕਿਉਂਕਿ ਉਸ ਤੋਂ ਬਾਅਦ ਗਰਮੀ ਬੜੀ ਹੋ ਜਾਂਦੀ ਹੈ ਸਹੀ ਗੱਲ ਹੈ ਸਹੀ ਗੱਲ ਕਢਾ ਕੇ ਦੇ ਦੇ ਤੂੰ ਵੀ ਨਾਲ ਜਾਈ ਇਹਨਾਂ ਦੇ ਆਹੋ ਹਾਂਜੀ ਪਰ ਬੱਚਿਆਂ ਦੀ ਤੇ ਅਲੱਗ ਅਲੱਗ ਚੋਇਸ ਹੁੰਦੀ ਹੈ ਕਿ ਮੈਂ ਉਸ ਤੇ ਕੀ ਕਰਨਾ ਹੈ ਬੱਚੇ ਦੇਖ ਚੱਲੀ ਮੇਰੀ ਧੀਆ ਗਈ ਹੈ ਹਾਂ ਮਾੜਾ ਮੋਟਾ ਤੈਨੂੰ ਵੀ ਪਤਾ ਲੱਗ ਜਾ ਕਰੂਗਾ ਹੋਰ ਕੀ ਮੰਮੀ ਫਿਰ ਪਤਾ ਨਹੀਂ ਆਪਾਂ ਕਦੋਂ ਇਕੱਠੇ ਹੋਣਾ ਹੈ ਹੋਰ ਠੀਕ ਆ ਕਮਾਂਡਾ ਤੇ ਰਾਤੂ ਜਵਾਕਾਂ ਦੇ ਨਾਲ ਜਾਈ ਕੋਈ ਨਾਲੇ ਤੂੰ ਜਾਈ ਇਹਦੇ ਵੀ ਫਾਦਾ ਕਰੂ ਪੈਂਟਾ ਸ਼ਰਟਾਂ ਹੀ ਆਹੋ ਮੰਮੀ ਨੂੰ ਤਾਂ ਮੈਂ ਬਹੁਤ ਕਹਿੰਦੀ ਆ ਉਹ ਕਿਹੜਾ ਪਾ ਕੇ ਰਾਜ਼ੀ ਆ ਉਹ ਵੀ ਨਹੀਂ ਪਾਉਂਦੀ ਹੈਗੀ ਕਹਿੰਦੀ ਨਾ ਮੈਨੂੰ ਤਾਂ ਸੂਟ ਹੀ ਵਧੀਆ ਲੱਗਦੇ ਬਾਹਰ ਜਾਣ ਲੱਗੀ ਫਿਰ ਵੀ ਤਾਂ ਪਾਏਂਗੀ ਨਾ ਕੋਈ ਗੱਲ ਨਹੀਂ ਕੋਈ ਇਹ ਪਹਿਲਾਂ ਤੋਂ ਹੀ ਆ ਸੂਟਾਂ 'ਚ ਰਹਿ ਕੇ ਜਾ ਕੇ ਦੱਸਾਂ ਕੋਈ ਗੱਲ ਨਹੀਂ ਜਦੋਂ ਬਾਹਰ ਜਾਊਗੀ ਉਦੋਂ ਬਾਅਦ ਤਾਂ ਦੇਖ ਲਓ ਕੋਈ ਗੱਲ ਨਹੀਂ ਠੀਕ ਆ ਸਹੀ ਵੈਸੇ ਮੰਮੀ ਮੈਂ ਸੋਚਦੀ ਸੀ ਸ਼ਾਮ ਨੂੰ ਨਾ ਗੁਰੂ ਘਰ ਚ ਆਇਆਵਾਂ ਮੱਥਾ ਵਗੈਰਾ ਟੇਕ ਕੇ ਆਉਂਗੀ ਕੋਈ ਗੱਲ ਨਹੀਂ ਜਦੋਂ ਤੈਨੂੰ ਵਧੀਆ ਲੱਗੇ ਇਹ ਵੈ ਗੁਰੂ ਇਹ ਮੇਰੇ ਪਰਮਾਤਮਾ ਮੈਨੂੰ ਤਾਂ ਆਹੀ ਗੁੱਸਾ ਖੁਸ਼ੀ ਆ ਕਿ ਮੇਰੇ ਧੀਆਂ ਨਾ ਗੁਰੂ ਘਰ ਨੂੰ ਵੀ ਮੰਨਦੇ ਆ ਪਹਿਲੇ ਨੰਬਰ ਤੇ ਮੂਹਰੇ ਰੱਖਦੇ ਆ ਆਹੀ ਮੇਰੀ ਸੋਚ ਸੀਗੀ ਤੇ ਮੇਰੀ ਸੋਚ ਨਾ ਜਾ ਪੂਰੀ ਹੋ ਗਈ ਤੇ ਹੁਣ ਮੇਰਾ ਕਿਸੇ ਨਾਲ ਵਾਅਦਾ ਵੀ ਕੀਤਾ ਵਾ ਉਹ ਵੀ ਟਾਈਮ ਆ ਗਿਆ ਉਹ ਵੀ ਹੁਣ ਮੈਂ ਪੂਰਾ ਕਰਕੇ ਦਿਖਾਊਂਗਾ ਮੈਨੂੰ ਛੋਟੇ ਤੇ ਮਾਣ ਸੀਗਾ ਕਿ ਮੇਰਾ ਧੀਆਂ ਨਾ ਇੱਕ ਨਾ ਇੱਕ ਦਿਨ ਮੇਰਾ ਵਾਅਦਾ ਪੂਰਾ ਕਰਨਗੇ ਤੁਸੀਂ ਦੇਖਿਓ ਡੈਡੀ ਜਦੋਂ ਮੈਂ ਬਾਹਰ ਚਲੀ ਗਈ ਨਾ ਤੁਹਾਡੇ ਲਈ ਆਈਫੋਨ ਭੇਜਣਾ ਉਹਦੋਂ ਆਈਫੋਨ ਤਾਂ ਭੇਜੀਂਗੀ ਭੇਜੀਂਗੀ ਜਿਹੜੇ ਮੇਰੇ ਦਿਲ 'ਚ ਗੱਲਾਂ ਹੋਰ ਬਹੁਤ ਪੈਂਗੀਆਂ ਨਾ ਉਹ ਵੀ ਹੁਣ ਤੁਸੀਂ ਪੂਰੀਆਂ ਕਰੋਗੇ ਕੋਈ ਗੱਲ ਨਹੀਂ ਡੈਡੀ ਜੀ ਤੁਸੀਂ ਕਾਹਦੀ ਪਰਵਾਹ ਕਰਦੇ ਹੋ ਭਲਾ ਅਸੀਂ ਹੈਗੇ ਆ ਨਾ ਦੋਨੇ ਤੁਹਾਡੀਆਂ ਧੀਆਂ ਤੁਹਾਡੀ ਹਰ ਖੁਸ਼ੀ ਅਸੀਂ ਪੂਰੀ ਕਰਾਂਗੇ ਸਾਨੂੰ ਕਾਹਦਾ ਹੋਵਾ ਬਹੁਤ ਛੋਟੇ ਹੁੰਦੇ ਮੈਂ ਤਾਂ ਕਿਤੇ ਚਿੰਤਾ ਨਹੀਂ ਕਰੀ ਮੈਂ ਤਾਂ ਇਹ ਗੱਲ ਕਦੇ ਸੋਚੀ ਨਹੀਂ ਕਿ ਮੇਰੇ ਧੀਆਂ ਮੈਂ ਤਾਂ ਇਹ ਗੱਲ ਸੋਚੀ ਵੀ ਆ ਮੇਰੇ ਪੁੱਤਾਂ ਦੋਨੇ ਪੁੱਤਾਂ ਆਜੋ ਪੁੱਤਾਂ ਆਜੋ ਕੋਈ ਗੱਲ ਨਹੀਂ ਹਮੇਸ਼ਾ ਤੂੰ ਸਾਡੇ ਕੋਲ ਦਿਲ ਚ ਆ ਮੇਰੀ ਧੀ ਤਾਂ ਮੇਰੇ ਕੋਲ ਹੀ ਹੈ ਹਾਂ ਆ ਗਈ ਵੈਸੇ ਪਾਰ ਗੱਡੀ ਹਾਂ ਆ ਗਈ ਬਤਾ ਜੀ ਤਾਂ ਖੜੀ ਹੈ ਉਹਦੀ ਕੈਬ ਠੀਕ ਚਲੋ ਚੰਗਾ ਮੰਮੀ ਆ ਮੇਰਾ ਸ਼ੇਰ ਆਹਾ ਦੇਖਦੀ ਹੈ ਤੂੰ ਹੀ ਮੇਰਾ ਮਾਣ ਰੱਖਣਾਗਾ ਠੀਕ ਆ ਅੱਜ ਤੱਕ ਰੱਖਿਆ ਵੀ ਆ ਤੇ ਗਾਂ ਵੀ ਰੱਖਣਾਗਾ ਠੀਕ ਆ ਕੋਈ ਨਹੀਂ ਡੈਡੀ ਤੁਸੀਂ ਜਮਾ ਫਿਕਰ ਨਾ ਕਰੋ ਮੈਂ ਪੁੱਛ ਦੇ ਸਾਰੀ ਪਹਿਲਾਂ ਤੁਹਾਨੂੰ ਫੋਨ ਕਰੂੰ ਬਸ ਠੀਕ ਆ ਜੀ ਚਲ ਚਿੰਤਾ ਨਹੀਂ ਕਰਨੀ ਚਲ ਹੁਣ ਫਿਰ ਆ ਜਾਓ Thank you.
ਆਪਾਂ ਜਾਣ ਕੇ ਨਹੀਂ ਗੱਡੀ ਖੜਾਈ ਇੱਥੇ, ਤੁਹਾਨੂੰ ਪਤਾ ਤਾਂ ਹੈਗਾ ਇੱਧਰ ਖੜਾ, ਠੀਕ ਹੈ? ਇਹ ਅੱਜ ਕੁੜੀ ਕੀ ਨੇ ਕਿੱਧਰ ਤੋਰਤੀ ਇਹਨੇ? ਜਿੰਦਗੀ ਬਣ ਜੂਗੀ, ਤੁਹਾਡਾ ਵੀ ਨਾਮ ਉੱਚਾ ਹੁੰਦਾ, ਵੱਡੇ ਵਾਲਾ ਤਾਂ ਹੋਣਾ ਹੀ ਹੋਣਾ, ਚਾਚੇ ਤਾਇਆ ਦਾ ਨਾਂ ਤਾਂ ਪਹਿਲਾਂ ਰੋਸ਼ਨ ਹੁੰਦਾ ਗਾ। ਉਹ ਚੰਗਾ ਚੰਗਾ ਚੁੱਪ ਕਰ ਜੋ, ਸਾਨੂੰ ਨਾ ਬੜਾ ਸਿਖਾਇਆ ਨਾ ਕਰੋ, ਚਲੋ ਅੰਦਰ ਕਿਵੇਂ। ਇਹਦੇ ਕੋਲ ਇੰਨੇ ਪੈਸੇ ਕਿੱਥੋਂ ਆ ਗਏ? ਆ ਗਏ ਖੂਹ ਚੋਂ, ਉਹ ਫੜ ਲਿਆ ਹੋਊ ਆਰਤੀਏ ਤੋਂ। ਲੈ ਦੇਖ ਲੈ, ਆਪਣੇ ਵਾਰੀ ਨਿਕਲੇ ਨੀ, ਹੁਣ ਦੇਖ ਕਿਵੇਂ 20-25 ਲੱਖ ਲਾਤਾ ਹੋਊਗਾ। 10 ਰੁਪਏ ਵੀ ਐਂ ਕਰਕੇ ਦਿੰਦਾ ਹੁੰਦਾ ਹੈ, ਸੁੰਘ ਕੇ ਐਂ ਹੋਰ ਕੀ ਨਾ। ਆਹ ਲਾਤਾ 25 ਲੱਖ, ਆਹ ਲਾਤਾ 25 ਲੱਖ ਹੁਣ। ਹਾਂ ਉਦੋਂ ਹੀ ਤੈਨੂੰ ਮੈਂ ਕਹਿੰਦਾ ਸੀ ਵੀ ਅੱਡ ਹੋ ਜਾ, ਉਹ ਅੱਡ ਹੋ ਜਾ। ਹਾਂ ਪੁੱਤ ਆ ਖੜੀ ਹੈ ਬਸ, ਪੁੱਤ ਜਾਣ ਕੇ ਨਹੀਂ ਖੜਾਈ ਸੀ, ਤੈਨੂੰ ਪਤਾ ਅੱਜ ਗੱਲ ਉਹਨਾਂ ਦਾ ਲੱਗਦਾ ਬਾਗੇ। ਚੱਲ ਆ ਜਾ। ਓਏ ਆ ਸੰਧਾਰਾ ਕਿੱਥੋਂ ਆ ਗਿਆ? ਓਏ ਸਨੀ ਹੈ ਸੰਧਾਰੇ ਦੇ ਬੱਚਿਆ। ਓਏ ਉੱਠ ਪੁੱਤਰਾ, ਉੱਠ ਜਾ ਪੁੱਤ, ਉੱਠ ਜਾ, ਓਏ ਖੜਾ ਹੋ ਜਾ ਪੁੱਤ। ਚੱਲ ਮੇਰਾ ਪੁੱਤ ਚੱਲ, ਕੋਈ ਚੁੱਪ ਨੂੰ ਬਥੇਰਾ ਦੁੱਧ ਦੁੱਧ ਪਿਆ ਕੇ ਤੂਰੀਆਂ ਖਵਾ ਕੇ ਏਡਾ ਕਰਿਆ, ਚੱਲ ਖੜਾ ਹੋ ਜਾ। ਤੂਰੀਆਂ ਤਾਂ ਖਵਾ ਕੇ ਕਰਿਆਗਾ, ਜਿਹੜਾ ਆਹ ਖਾਂਦਾ ਉਹ ਨਹੀਂ ਦੇਖਦਾ ਯਾਰ, ਫਿਰ ਐਵੇਂ ਜ਼ੋਰ ਲਵਾਈ ਜਾਂਦਾ। ਸ਼ੇਰੂ ਚੱਲ ਯਾਰ, ਫਿਰ ਚੱਕ ਇਹਨੂੰ, ਖੜ ਜਾ ਯਾਰ, ਕੋਈ ਲੋਕ ਤਮਾਸ਼ਾ ਦੇਖਣੇ। ਚੱਲ ਪੁੱਤ ਅੰਦਰ ਆ, ਬੜਾ ਕੂੜਾ ਜਾ ਕੇ ਕੋਈ ਆ ਲੈ ਚੱਲ, ਇਹਨੂੰ ਖਿੱਚ ਖਿੱਚ ਚੱਲ, ਖਿੱਚ ਲਾ ਓਏ, ਚੱਲ ਚੱਲ ਕੋਈ ਨੀ, ਮੈਂ ਦੇਖ ਲਾ ਕਿਵੇਂ ਕਰਦਾ ਮੈਂ, ਖਵਾਈ ਗਿਆ। ਓਏ ਪੁੱਤਰਾ, ਓ ਸਨੀ, ਓਏ ਬੁਲਟ ਕਿੱਥੇ ਆ? ਬੁਲਟ, ਓਏ ਇਹਨੂੰ ਬੁਲਟ ਦਾ ਕੀ ਪਤਾ ਯਾਰ, ਤੂੰ ਚੱਲ ਯਾਰ। ਸ਼ੇਰੂ ਇਹ ਸਵੇਰੇ ਲੈ ਕੇ ਗਿਆ ਸੀਗਾ। ਓ ਕੀ ਲੈ ਕੇ ਗਿਆ ਸੀ ਯਾਰ ਇਹ? ਓ ਬੁਲਟ ਲੈ ਕੇ ਗਿਆ ਸੀ ਸਵੇਰੇ ਇਹ। ਓ ਬੁਲਟ ਤਾਂ ਲੈ ਕੇ ਗਿਆ ਸੀ, ਬੁਲਟ ਦੇ ਮਾਰ ਗੋਲੀ, ਆ ਦੇਖ ਲਾ ਇਹੋ ਜਿਹਾ ਚਿੱਟਾ ਪੀਤਾ, ਪਤਾ ਨਹੀਂ ਕੀ ਪੀਤਾ ਇਹਨੇ, ਇਹ ਮੈਨੂੰ ਲੱਗਦਾ ਸਦਾ ਵਾਸਤੇ ਜਾਊਗਾ ਆਪਣੇ ਹੱਥ ਚੋਂ। ਓ ਮੈਨੂੰ ਆਇਆ ਸ਼ੇਰੂ, ਕਿੱਥੇ ਖੜਾ ਕੇ ਆਊ, ਆਪਾਂ ਲੈ ਤਾਂ ਆਵਾਂਗੇ। ਓ ਸਨੀ, ਸਨੀ, ਓਏ ਪੁੱਤਰਾ, ਐਂ ਦੱਸ ਬੁਲਟ ਕਿੱਥੇ ਆਪਣਾ? ਓਏ ਤੂੰ ਖੜਾ ਹੋ ਜਾ ਯਾਰ, ਓਏ ਯਾਰ ਤੂੰ ਲੈ ਚੱਲ ਯਾਰ ਮੈਨੂੰ ਇੱਥੋਂ ਯਾਰ, ਹੁਣ ਮੈਂ ਨਹੀਂ ਚੱਕਾ ਜਾਣਾ ਤੇ ਲੱਤ ਦੁਖਦੀ ਆ। ਓਏ ਚੱਲ ਖੜੋ, ਓਏ ਖੜਾ ਹੋ ਜਾ। ਓਹੋ ਯਾਰ ਮਰਵਾ ਤੇ ਯਾਰ। ਓ ਪੁੱਤਰਾ, ਓਏ ਬੁਲਟ ਕਿੱਥੇ ਆਪਣਾ ਦੱਸ।
ਸੁਣਾਈ ਗਹਿਣੇ ਦੌਰ ਤੱਕ ਕਰੇ ਤੈਨੂੰ ਸੁਣਿਆ ਨਹੀਂ ਗਾ ਆ ਫੜ ਲਾ ਚਾਬੀ ਫੜ ਲਾ 25,000 ਦੇ ਗਹਿਣੇ ਤਰਤਾ ਗਹਿਣੇ ਗਹਿਣੇ ਪਰ ਆ ਗਹਿਣੇ ਉਸ ਬੋਲਦਾ ਹੈ ਉਹ ਛੇਰ ਬਗਿਆ ਉਹ ਮੇਰੀ ਗੱਲ ਸੁਣ ਮੜੀ ਓਏ ਕਿਉਂ ਤਾਂ ਕਰੀ ਮੈਂ ਗਹਿਣੇ ਦਰਤਾ ਬੋਲਣਾ ਹੈ ਸ਼ੇਰੂ ਤਾ ਬੁਲਟ ਵੀ ਗਹਿਣੇ ਧਰਿਆ ਆ ਯਾਰ ਓਏ ਤੈਨੂੰ ਉਦੋਂ ਪਤਾ ਲੱਗੂ ਜੇ ਤੈਨੂੰ ਗਹਿਣੇ ਧਰਤਾ ਇਹਨੇ ਕੋਈ ਪੁੱਛ ਯਾਰ ਇਹਨੂੰ ਸਮਾਰ ਕੇ ਜੇ ਪੈਸੇ ਲਿਆਇਆ ਫਿਰ ਪੈਸੇ ਤਾਂ ਹੋਣਗੇ ਇਹਦੇ ਕੋਲ ਪੈਸੇ ਦਾ ਪੁੱਤ ਹੈ ਤੂੰ ਵੀ ਪੈਸੇ ਦਾ ਪੁੱਤ ਉਹ ਛੇਰ ਬਗਿਆ ਉਹ ਮੇਰੇ ਦਾ ਲਿਹਾਜ਼ ਕਰ ਲਾ ਮਾੜੀ ਮੋਟੀ ਬੁੜੇ ਹੱਟ ਦੀ ਉਹ ਛੇਰਾ ਮੈਂ ਤੈਨੂੰ ਐਂ ਪੁੱਛਦਾ ਜਾਨਾ ਕਿ ਮੈਂ ਡਾਲਰ ਸਮਾਨ ਲਾ ਲਿਆ ਤੈਨੂੰ ਕਿਹਾ ਨਹੀਂ ਲੱਗਦਾ ਉਹ ਸਮਾਨ ਤਾਂ ਲਾ ਲਿਆ ਤੂੰ ਐਂ ਤਾਂ ਦੱਸ ਦੇ ਵੀ ਜਿਹੜੇ ਤੇਰੇ ਕੋਲ ਪੈਸੇ ਸੀ ਉਹ ਕਿੱਥੇ ਨੇ ਹੋਰ ਉਹ ਸ਼ੇਰੂ ਸਾਰਾ ਦਾ ਲਾ ਰਹਾ ਮੈਂ ਬਗਦਾ ਮੈਂ ਤੈਨੂੰ ਨਾਲੇ ਪਤਾ ਨਹੀਂ ਕਿੱਥੋਂ ਲਿਆਉਂਦਾ ਇਹ ਚੂੜੇ ਜਿਹਾ ਪਏ ਆ ਉਰੇ ਮੈਨੂੰ ਤਾਂ ਲੱਗਦਾ ਇਹਨੇ ਵਿਆਹ ਵੂ ਨਾ ਕਰਾ ਲਿਆ ਹੋਵੇ ਵਿਆਹ ਕਰਾ ਲਿਆ ਹੋ ਆਹੋ ਵੀਰ ਖਰਜਾ ਇੱਕ ਮਿੰਟ ਪੁੱਛ ਯਾਰ ਉਹ ਛੇਰ ਵੱਗਿਆ ਓਏ ਊਂ ਤਾਂ ਨਹੀਂ ਕਿਤੇ ਤੂੰ ਬਾਹਰ ਅੰਦਰ ਜਾਂਦਾ ਉਹ ਮੁੰਡਿਆ ਚੱਲ ਆ ਜਾ ਯਾਰ ਸ਼ੇਰੂ ਇਹਨੂੰ ਸਵੇਰੇ ਸੁਰਤ ਆਉਣ ਦੇ ਸਵੇਰੇ ਪੁੱਛਾਂਗੇ ਇਹਨੂੰ ਚੱਲ ਆ ਜਾ ਚੱਲ ਖੜਾਓ ਕਿਉਂ ਆ ਗਈ ਜਾਗ ਸਾਹਮਣਾ ਇੱਥੇ ਚੰਦ ਨੂੰ ਕਰ ਲਾ ਮਿਲ ਲਈ ਹੁਣ ਦੀ ਸਮਾਰ ਕੇ ਅੰਜਰ ਕਿਵੇਂ ਹੌਲੀ ਤਾਂ ਬੋਲ ਪੋ ਹੌਲੀ ਬੋਲ ਨੂੰ ਬੋਲ ਪੈਂਦਾ ਤੇਰੇ ਹਾਂ ਉਹ ਬੋਲ ਤਾਂ ਮਾਰਦਾ ਓ ਯਾਰ ਹੌਲੀ ਬੋਲ ਸਿਰ ਤਾਂ ਪਹਿਲਾਂ ਫਟੀ ਜਾਂਦਾ ਸਿਰ ਫਟੀ ਨਾ ਫਟੂ ਗਈ ਕੀ ਪਤਾ ਕੀ ਅੱਗ ਸੁਭਾ ਖਾ ਕੇ ਆਉਣਾ ਤੂੰ ਕੰਜਰਾ ਮੈਨੂੰ ਐਂ ਦੱਸ ਓਏ ਤੂੰ ਰਾਤ ਗਿਆ ਕਿੱਥੇ ਸੀ ਹੌਲੀ ਬੋਲ ਪਹਿਲਾਂ ਤਾਂ ਦਿਮਾਗ ਨਾ ਖਰਾਬ ਕਰੋ ਯਾਰ ਦਿਮਾਗ ਮੇਰਾ ਨਾ ਖਰਾਬ ਹੋ ਜਾ ਮੈਂ ਤਾਂ ਦੱਸਾਂ ਗੱਲ ਮਾਰ ਮਾਰ ਝੰਡ ਖਿਲਾਰ ਦੂੰ ਮੈਂ ਮਾਰੂ ਘਸਾੜ ਤੇ ਇੱਕ ਮੰਗਦਾ ਪੈਸੇ ਹਜੇ ਨਾ ਕੰਜਰਾ ਐ ਦੱਸ ਪਹਿਲਾਂ ਬੁਲਟ ਕਿੱਥੇ ਆ ਕਿੱਥੇ ਅੱਗ ਲਾਇਆ ਉਹਨੂੰ ਮੈਨੂੰ ਧਰਤਾ ਹਜੇ ਕਸਰ ਰਹਿ ਗਈ ਕੋਈ ਜ਼ਮੀਨ ਇਹ ਖਾ ਗਿਆ ਰਹਿੰਦਾ ਹੁੰਦਾ ਬੁਲਟ ਵੀ ਧਰਿਆ ਆ ਹੁਣ ਖੂਹ ਚ ਮਾਰ ਸਾਲ ਖੂਹ ਚ ਮਾਰ ਨਾਲ ਮੈਨੂੰ ਦੇ ਦੀ ਧੱਕਾ ਉਹ ਵਗ ਜਾ ਮੈਂ ਹੁਣੀ ਦੇ ਦੂੰ ਤੈਨੂੰ ਗਿਣ ਕੇ ਢਾਵੇਂ ਸਰੀਰ ਟੁੱਟੀ ਜਾਂਦਾ ਇਹਦਾ ਪੱਡੇ ਉਸਦਾ ਬੋਲਤਾ ਹੌਲੀ ਪੈ ਸਿਰ ਪੱਟੀ ਜਾਂਦਾ ਮੇਰਾ ਸਿਰ ਪੱਟੀ ਜਾਂਦਾ ਤੇਰਾ ਸਿਰੋਂ ਨਾ ਪਾੜਦਾ ਮੈਂ ਮਾਰ ਕੇ ਕੁਛ ਮੈਂ ਤੈਨੂੰ ਦੱਸਾਂਗਾ ਵਗ ਜਾ ਬਾਹਰ ਵਗ ਜਾ ਵਗ ਜਾ ਬਾਪੂ ਦੇ ਦੇ ਯਾਰ ਪੈਸੇ ਤਾਂ ਮੈਂ ਕਹੇ ਆ ਰਹੀ ਤੈਨੂੰ ਇੱਕ ਢਾਮਾ ਨਹੀਂ ਮਿਲਦਾ ਇੱਥੋਂ ਜਿੱਥੇ ਮਰਜ਼ੀ ਮਾਰ ਓਏ ਇਹਨੇ ਇੱਕ ਵਾਰੀ ਪੁੱਛਦਾ ਲਾ ਉਹ ਕਿੱਥੇ ਖੜਾ ਆਇਆ ਇਹ ਬੋਲਤਾ ਸੁਰਤ ਤਾਂ ਆਉਣ ਦੇ ਫੇਰ ਹੀ ਸਿਰ ਚੜੀ ਜਾਣਾ ਨਾਲੇ ਛੜੀ ਤਾਂ ਸਿਰ ਚੜੀ ਜਾਣਾ ਨਾਲੇ ਹੋਰ ਆਉਂਦੀਆਂ ਮਰ ਜਾਣਾ ਤੜਕੀ ਲੱਗ ਜਾਂਦਾ ਉੱਠਣ ਨਹੀਂ ਦਿੰਦੇ ਨਾ ਚਾਹ ਨਾ ਪਾਣੀ ਅਸੀਂ ਤਾਂ ਲੱਗ ਜਾਂਦੇ ਤੜਕੀ ਤੇ ਤੂੰ ਸਾਰੀ ਰਾਤ ਨਹੀਂ ਟੇਕਦਾ 3000 ਰੁਪਇਆ ਦੇ ਦੇ ਦੇਖ ਕੇ ਮੈਂ ਧੱਕੇ ਮਾਰਦਾ ਅੱਖਾਂ ਖੋਲ ਲੈ ਮੂੰਹ ਹੱਥ ਧੋ ਲੈ ਮਾੜਾ ਮੋਟਾ ਤੂੰ ਤਾਂ ਉਹਦੇ ਪਾਣੀ ਮੰਗਾ ਕੇ ਇਹਦੇ ਮਾਰ ਓਏ ਖੜ ਜਾ ਤੂੰ ਤਾਂ ਮੇਰੇ ਮਗਰ ਫੈ ਜਾਣਾ ਖਸਮ ਤੇਰੇ ਮਗਰ ਫੈ ਜਾਣਾ ਚਮੜਾ ਲੈ ਇਹਨੂੰ ਮੈਂ ਤਾਂ ਬਹਿ ਜਾਣਾ ਮੇਰਾ ਕੀ ਆ ਮੈਂ ਤਾਂ ਬਹਿ ਜਾਣਾ ਤੇਰੀ ਹੀ
ਕਰੂਗਾ ਤੂੰ ਵੀ ਲਾਡੀਆਂ ਪਾਟੀਆਂ ਕਰੀਆਂ ਸੀ ਸੁਧਾਰ ਦਿੰਦਾ ਹੁਣ ਤਾਂ ਸੁਧਰੀ ਖੜਾ ਇਹ ਕਿੱਥੇ ਚੁਕਾਵਾਂ ਦੱਸ ਕਿੰਨੇ ਵਾਰੀ ਤੂੰ ਆਪ ਦਾਖਲ ਕਰਵਾਇਆ ਕਿੱਥੋਂ ਭੱਜ ਆਉਂਦਾ ਇਹ ਕੰਜਲ ਕਿੱਥੇ ਨੀ ਖੜਦਾ ਇਹ ਹੁਣ ਬਾਪੂ ਬੜੀ ਬਕਵਾਸ ਕਰਨ ਦੀ ਲੋੜ ਨਹੀਂ ਪੈਸੇ ਦੇ ਦੋ ਦੇਖ ਹੁਣ ਕਿਵੇਂ ਇਹਦਾ ਸਰੀਰ ਟੁੱਟਦਾ ਕੀ ਕੰਚਰ ਨੇ ਇਹਨੇ ਸ਼ਰਮ ਲਾਹੀ ਹੈ ਇਹਦਾ ਤਾਂ ਟੁੱਟਣਾ ਹੀ ਸੀ ਸਰੀਰ ਨਾਲ ਸਾਡੇ ਵੀ ਲੱਕ ਤੋੜਦੇ ਨੇ ਲੱਕ ਸ਼ੇਰੂ ਇਹਨੇ ਸਾਰੇ ਪਾਸੇ ਮੈਨੂੰ ਨੀਵਾਂ ਝੁਕਾਤਾ ਜਿਹੜੀ ਇੰਨੀ ਠੁੱਕ ਹੁੰਦੀ ਸੀ ਨਾ ਜਮੀ ਖੂਹ ਖਾਤੇ ਗਈ ਮੇਰੀ ਤਾਂ ਖੂਹ ਖਾਤੇ ਤਾਂ ਗਈ ਸਾਡੇ ਪੰਜਾਬ ਦੇ ਮੁੰਡੇ ਇਸੇ ਕਰਕੇ ਖਾ ਲੇ ਚਿੱਟੇ ਨੇ ਖਾ ਲੇ ਸਾਡਾ ਪੰਜਾਬ ਇਹ ਸਾਡੇ ਘਰ ਤੋਂ ਅੱਗ ਲੱਗੀ ਹੈ ਹੁਣ ਕਰਦਾ ਕੀ ਆ ਇਹਨੂੰ ਦੇਖ ਦੇਖਦਾ ਕੀ ਕਰੂੰਗਾ ਕਰੇਗਾ ਕੀ ਹੈਗਾ ਕੋਈ ਧੇਲਾ ਦੇ ਇਹਨੂੰ ਓਏ ਫੇਰ ਇਹ ਕਿਸੇ ਪਾਸੋਂ ਗਲੇ ਆਊਗਾ ਨਸ਼ਾ ਕਿਵੇਂ ਦੇ ਮੈਂ ਇਹਨੂੰ ਪੈਸੇ ਇਹ ਤਾਂ ਗਲੂਗਾ ਬਾਈ ਇਹ ਤਾਂ ਗਲੂਗਾ ਮੇਰਾ ਤਾਂ ਜੀ ਕਰਦਾ ਨਾ ਇਸ ਇੱਥੇ ਗੱਲ ਗੁੱਠਾ ਦਾ ਪਤਾ ਇਹਦਾ ਜੀ ਕਰਦਾ ਤੇਰੇ ਦੇਣਾ ਗੱਲ ਗੁੱਠਾ ਮੈਂ ਓਏ ਯਾਰ ਫੇਰ ਕਿਹਨੇ ਬੋਲਦਾ ਮੈਂ ਤਾਂ ਬੋਲੂਗਾ ਮੈਂ ਤਾਂ ਇਹੀ ਬੋਲੂ ਉਹ ਤੱਕ ਸਾਰਾ ਬੇੜਾ ਇਕੱਠਾ ਕਰ ਲਿਆ ਨਿੰਮੋ ਮੰਨਣਾ ਜੰਮਦਾ ਜੀ ਮੁੰਡਾ ਮੈਨੂੰ ਵੀ ਨਾਲ ਉਹ ਕਰ ਲਿਆ ਫਿਰ ਮੈਨੂੰ ਕੀ ਪਤਾ ਸੀ ਵੀ ਆਹ ਨਿਕਲੂਗਾ ਇਹ ਆਹ ਨਿਕਲੂ ਉਹ ਪੈਨਸ਼ਨ ਆਈ ਆ ਮੇਰੀ ਗੱਲ ਸੁਣਨ ਵਾਲਾ ਪੈਨਸ਼ਨ ਮੇਰੀ ਕਿਉਂ ਕਦੋਂ ਆ ਗਈ ਪੈਨਸ਼ਨ ਓਏ ਯਾਰ ਗੱਲ ਸਮਝ ਲਾ ਮੇਰੀ ਸਮਝ ਲਾ ਇਹਨੂੰ ਛੱਡ ਦੇ ਕਿਸੇ ਖੂਹ ਖਾਤੇ ਚ ਛੇਕਣ ਨੂੰ ਜਿਹਦੇ ਇਹਨੂੰ ਦੋ ਛੱਡਣ ਦੇ ਹੈਗੇ ਤੇਰੇ ਕੋਲੇ ਉਹ ਤੈਨੂੰ ਕੋਲੇ ਰਹਿਣਾ ਤੈਨੂੰ ਪਤਾ ਨੀ ਕੀ ਛਿੱਲੜ ਬਚੇ ਆਪਣੇ ਕੋਲ ਬਚਨੇ ਨੀ ਬਚਨੇ ਵੀ ਨੀ ਬਾਈ ਜਿਹੜੀਆਂ 5 ਕਿੱਲੇ ਸੀ 3 ਕਨਾਲਾਂ ਰਹੀਆਂ 3 ਹੁਣ ਮੈਨੂੰ ਕੀ ਦੱਸਦਾ ਮੈਨੂੰ ਪਤਾ ਨੀ ਤੇਰਾ ਵੀ ਦਿਮਾਗ ਪੁੱਠਾ ਹੀ ਹੈ ਖੇਤ ਇਹਨੇ ਸਿਵਾ ਬਣਾ ਤਾ ਆਪਣਾ ਉੱਥੇ ਮੰਡੀ ਬਣਾ ਲੈਣਗੇ ਲੱਸੀ ਪਾਇਆ ਕਰੂ ਇਹ ਆਪਣੀ ਮੰਡੀ ਤੇ ਜਿੱਥੇ ਮਰਜ਼ੀ ਮਾਰ ਦਫਾ ਹੋ ਤੂੰ ਓਏ ਛੱਟ ਛੋਟ ਗਾਲ ਲਾ ਕੋਈ ਨੰਗ ਤਾਂ ਲੱਗਾ ਪਿਆ ਇਹਨਾਂ ਬਗਜੀ ਬਾਹਰ ਨੂੰ ਯਾਰ ਪਾਈ ਤਾਂ ਜਾਨਾਗਾ ਦੇਖ ਕਮੈਂ ਟੁੱਟਦਾ ਇਹਦਾ ਸਰੀਰ ਹੁਣ ਮੇਰੇ ਸਾਲੇ ਦਾ ਮੈਂ ਇੱਕ ਪੈਸਾ ਨਹੀਂ ਦਿੰਦਾ ਤੈਨੂੰ ਹੁਣ ਨਹੀਂ ਦੇਣਾ ਤੂੰ ਮੇਰੇ ਕੋਲ ਨਹੀਂ ਹੈਗੇ ਪੈਸੇ ਤੂੰ ਤਾਂ ਆਫੜਾ ਕੇ ਆਏਗਾ ਕਿਉਂ ਨਾਨਕੇ ਜਾਣਾ ਪੁੱਤ ਜੰਮਣ ਦਾ ਹੀ ਸ਼ੌਂਕ ਆ ਤਾਂ ਦੇਖ ਲਾ ਪਾਲਣਾ ਦੇਖ ਇੱਥੇ ਕੁਛ ਨਹੀਂ ਮਿਲਣਾ ਇਹਨੂੰ ਉਹ ਮੈਨੂੰ ਨੂੰ ਤੇਰੇ ਕੋਲੇ ਛੱਡਿਆ ਵੀ ਕੀ ਹੈ ਇਹ ਨੰਗ ਕਰਤਾ ਤੈਨੂੰ ਨਾਗੇ ਨੇ ਤੈਨੂੰ ਤਾਂ ਪਤੀ ਆ ਸ਼ੇਰੂ ਤੂੰ ਮੇਰੀ ਗੱਲ ਸੁਣ ਲਾ ਬਈ ਮੇਰੀ ਗੱਲ ਸੁਣ ਲੈ ਬੋਲ ਤੇਰੇ ਵੇਚਤਾ ਜ਼ਮੀਨ ਤੇਰੀ ਵਿਕਿਆਤੀ ਹੈ ਹਜੇ ਇਹ ਹਜੇ ਹੋਰ ਪੈਸੇ ਭਾਲ ਲੈ ਉਹ ਕਰਾਂ ਕੀ ਫਿਰ ਤੇਰੇ ਸਾਹਮਣੇ ਆ ਸਾਰਾ ਕੁਛ ਦੇਖ ਵੱਡੇ ਭਾਈ ਇੰਨੇ ਸਾਲ ਹੋ ਗਏ ਇਹਨੂੰ ਦੇਖਦਿਆਂ ਨੂੰ ਆਹ ਲੱਛਣਾ ਤੇ ਕਰਾਂ ਕੀ ਮੈਂ ਹੁਣ ਉਹ ਕਰੇਗਾ ਤਾਂ ਮੇਰੀ ਗੱਲ ਤਾਂ ਸਮਝ ਲਾ ਹੁਣ ਮੈਂ ਤੈਨੂੰ ਐਂ ਕਹਿਣਾ ਗਾ ਆਹ ਖੜਕਾ ਜਾ ਕੇ ਕਰੀ ਜਾਂਦਾ ਮੈਨੂੰ ਲੱਗਦਾ ਸਿਲੰਡਰ ਨੂੰ ਹੱਥ ਪਾ ਲਿਆ ਉਹਨੇ ਸਿਲੰਡਰ ਵੇਚੂ ਕੰਜਰ ਸਿਲੰਡਰ ਨਹੀਂ ਵੇਚੂਗਾ ਮਾਰ ਤੇ ਮਾੜੀ ਲਾਦ ਨੇ ਬਸ ਆਹੀ ਕਸਰ ਰਹਿ ਗਈ ਸੀ ਕੰਜਰਾ ਛੱਡ ਦੇ ਤਾਂ ਬਥੇਰਾ ਕੁਝ ਖਾ ਗਿਆ ਘਰੋਂ ਸਾਡੇ ਨਾ ਪੈਸੇ ਦਿੰਦਾ ਨਾ ਸਿਲੰਡਰ ਲੈ ਕੇ ਜਾ ਛੱਡ ਸਿਲੰਡਰ ਧਰ ਹੋਇਆ ਨੇ ਕੰਜਰ ਨੇ ਸ਼ਰਮੀ ਲਾ ਲਈ ਹੁਣ ਸਾਰੀ ਤਾਂ ਕੰਜਰਾ ਜ਼ਮੀਨ ਖਾ ਗਿਆ ਹੁਣ ਤੂੰ ਆ ਘਰ ਦਾ ਸਮਾਨ ਵੀ ਖਾਏਗਾ ਓਏ ਮੇਰੀ ਗੱਲ ਸੁਣ ਪੈਸੇ ਦੇ ਦੇ
ਮੈਂ ਮਰ ਜੂੰ। ਮਰ ਜਾ ਮੇਰੇ ਕਣੀ ਉਹ ਤਾਂ ਖੜ ਜਾ ਪੁੱਤ ਮੇਰੀ ਗੱਲ ਸੁਣ। ਉਹ ਕਰਮ ਜੀ ਇਹ ਮਰ ਜੂ ਇਹਨੂੰ ਦੇ ਦੇ ਯਾਰ ਤੂੰ। ਉਹ ਕਿੱਥੋਂ ਦੇਣਾ ਚੱਤ ਰਿਹਾ ਪੈਸੇ ਹੁਣ ਇਹਨੂੰ। ਉਹ ਕਰਮ ਜੀ ਮੇਰੀ ਗੱਲ ਸੁਣ ਤੂੰ ਇਹਨੂੰ 13 ਦੇ ਦੇ। ਆ ਜਿਹੜੀ ਮੇਰੀ ਪੈਨਸ਼ਨ ਆਈ ਪਈ ਹੈ ਨਾ ਕਢਾ ਕੇ ਮੈਂ ਤੈਨੂੰ ਦੇ ਦੂੰਗਾ ਯਾਰ। ਉਹ ਤੇਰਾ ਹੁਣ ਮਲਰੇ ਦਾ ਮਾਸ ਖਾਵਾਂ। ਉਹ ਮੇਰੀ ਗੱਲ ਸੁਣ। ਕੀ ਹੋ ਗਿਆ ਹੁਣ ਸਿਲੰਡਰ ਵੇਚੂਗਾ ਇਹ ਦੇਖ ਲੈ। ਆ ਲੱਛਣ ਆ ਗਏ ਇਹਦੇ। ਕੰਜਰ ਨੂੰ ਸਾਰੀ ਜ਼ਮੀਨ ਖਾ ਗਿਆ ਮੇਰੀ ਇਹ ਕੀ ਕਰਾਂ ਮੈਨੂੰ ਪੈਸੇ ਹੋਣਾ। ਬਾਈ ਤੂੰ ਜਾ ਯਾਰ ਅਸੀਂ ਆਪ ਹੀ ਦੇ ਦਾਂਗੇ ਬਾਈ ਤੂੰ ਸਾਡੇ ਮਸਲੇ ਚ ਨਾ। ਮੇਰੀ ਕਿੱਟੀ ਉਹ ਹੁੰਦੀ ਸੀ ਸਾਰੀ ਫੇਰ ਕਰਾਤੀ। ਕਰਮੇ ਬਾਈ ਦੇ ਇਹਨੂੰ ਪੈਸੇ। ਦੇ ਦੋ ਨਾ ਜੀ ਪੈਸੇ ਤੁਮ ਤੋੜ ਫਾਈ ਜਾਂਦੇ ਹੋ ਮੈਥੋਂ ਤਾਂ ਚੱਲਿਆ ਨਹੀਂ ਆਉਂਦਾ ਗਾ। ਹੁਣ ਜਿਹੜੀ ਲੱਤ ਲੱਗ ਗਈ ਉਹ ਹਟਦੀ ਤਾਂ ਹੈ ਨਹੀਂ ਇਹਨੂੰ। ਉਹ ਕਿੱਥੋਂ ਦੇ ਦਾਂ ਇਹਨੂੰ ਪੈਸੇ 5 ਸਾਲਾਂ 'ਚ ਸਾਰੀ ਜ਼ਮੀਨ ਖਾ ਗਿਆ ਆ 2 ਕਨਾਲਾਂ ਰਹਿ ਗਈਆਂ ਇਹ ਵੀ ਫੂਕ ਦੂਗਾ ਇਹ। ਅੱਜ ਤਾਂ ਇਹਨੇ ਸ਼ਰੀਕਾਂ ਦੇ ਪੈਰ ਫੜ ਲੈਣਾ ਜੀ ਕਰਦਾ ਮੈਂ ਹੀ ਗੱਲ ਤਾਂ ਪਤਾ ਇਹਦਾ। ਚਲ ਕੋਈ ਨਾ ਕਾਹਦੇ ਸ਼ਰੀਕ ਨੇ ਕੋਈ ਆਪ ਤਾਂ ਹੀ ਹੋ ਗਿਆ ਜੇ ਮੈਂ ਦੇ ਦਿੰਦਾ ਯਾਰ ਤੇਰੇ ਕੋਲੇ ਨਹੀਂ ਹੈਗੇ ਯਾਰ। ਆਹੋ ਜਿਹੜੀ ਤੇਰੀ ਪੈਨਸ਼ਨ ਜੀ ਹੁੰਦੀ ਹੈ ਕਿ ਉਹ ਦੇ ਦੇ ਹੁਣ ਮਾਰਨਾ ਤਾਂ ਨਹੀਂ। ਮੈਂ ਕਾਹਦੇ ਦਿੱਤਾ ਹੁਣ ਮੈਂ ਵੀ ਦੇ ਦਿੰਦਾ ਕਿਰਾਏ ਕੋ ਕਰ ਦੇਗਾ ਤੂੰ ਦੇ ਦੇ ਕਿ ਮੈਂ ਸਾਹ ਨਿਕਲ ਹੀ ਜਾਂਦੇ ਨੇ ਉਹਦੇ। ਬਸ ਆਹ ਸਾਡੇ ਆਲੇ ਕੰਨੀ ਦੇਖ ਲੋ
ਇੱਕ ਹੋਰ ਆ ਗਿਆ ਜੇ ਮੈਂ ਠੂਠਾ ਫੜਾ ਦੇਣਗੇ ਬਸ ਆਪਾਂ ਤਾਂ ਜੇ ਕਰਾਂਗੇ ਨਾ ਮੈਂ ਤਾਂ ਰੱਬ ਤੋਂ ਅਰਦਾਸ ਕਰੂੰਗੀ ਕੋਈ ਹੱਲ ਨੀ ਹੁੰਦਾ ਯਾਰ ਇਹਦਾ ਮੰਨ ਦੇ ਇਹਨੂੰ ਤੁਸੀਂ ਐ ਕਰੋ ਮੂੰਹ ਚ ਮਾਰੋ ਛਾੜ ਮਿੱਟੀ ਮੈਂ ਮਾਰੂ ਚਾਚੀ ਜੀ ਆ ਕੀ ਹੋ ਗਿਆ ਮੈਂ ਤਾਂ ਚਾਚਾ ਜੀ ਵੈਸੇ ਹੀ ਪੁੱਛ ਰਹੀ ਸੀ ਕੋਈ ਨਾ ਤੂੰ ਵਗ ਜਾ ਭਾਈ ਤੂੰ ਆਪਦੇ ਘਰੇ ਵਗ ਜਾ ਕੁੜੀਏ ਨਾ ਮੈਨੂੰ ਦੇਣ ਦਿੰਦਾ ਦੇਖ ਲੈ ਕੀ ਕਰਾਂ ਇਸ ਕੰਜਰ ਦਾ ਹੁਣ ਸਾਰਾ ਕੁਛ ਖਾ ਜੂ ਇਹ ਸਾਰਾ ਕੁਛ ਇਹ ਨੀ ਛੱਡਦਾ ਹੁਣ ਕੁਛ ਨੀ ਰਹਿਣ ਦਿੰਦਾ ਇਹ ਛੋਟੇ ਹੁੰਦੇ ਨੂੰ ਤਾਂ ਤੁਸੀਂ ਵੀ ਨੀ ਹਟਾਇਆ।